ਜਦੋਂ ਕਈ ਵਾਰ ਆਪਾਂ ਯੂਨੀਵਰਸਿਟੀ ਦੇ ਗੇਟ ਤੋਂ ਐਂਟਰ ਹੀ ਹੁੰਨੇ ਆ ਹਲੇ ਮੈਂ ਤੈਨੂੰ ਕਹਿਣੀ ਹੁੰਦੀ ਆ ਵੀ ਮਨਵੀਰ ਐਂ ਲੱਗਦਾ ਜਿਵੇਂ ਆਪਣਾ ਕਿੰਗਡਮ ਆ ਰਾਜ ਭਾਗ ਆ ਹਨਾ ਆਪਣਾ ਵੀ ਇੱਥੇ ਆਪਾਂ ਬਸ ਮਤਲਬ ਆ ਸਾਰੀਆਂ ਚੀਜ਼ਾਂ ਕਿਸੇ ਨਾਲ ਰਲ ਮਿਲ ਕੇ ਰਹਿਣਾ ਕੋਈ ਚੀਜ਼ ਵੰਡ ਕੇ ਖਾਣੀ ਆਪ ਦਾ ਕੰਮ ਆਪ ਕਰਨਾ ਇਹ ਆਪ ਉਦੋਂ ਹੀ ਸਿੱਖਦੇ ਆ ਜਦੋਂ ਆਪਾਂ ਘਰੋਂ ਬਾਹਰ ਆਉਨੇ ਆ ਮਤਲਬ ਹੌਸਟਲ ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਦਿੰਦਾ ਜੋ ਅਡਜਸਟਮੈਂਟ ਆ ਜਿਹੜੀ ਦੀ ਹਰ ਰਿਸ਼ਤੇ 'ਚ ਜ਼ਰੂਰਤ ਆ ਸਿੰਦਰ ਸਰਤਾਜ ਜੀ ਨੇ ਹਨਾ ਉਹ ਇੱਥੇ ਪੜ੍ਹੇ ਨੇ ਉਹਨਾਂ ਨੇ ਇੱਥੇ ਜੌਬ ਵੀ ਕੀਤੀ ਹੈ ਤੇ ਉਹ ਆਪਣੀ ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਵੀ ਨੇ ਇਸ ਟਾਈਮ ਤੇ ਤਾਂ ਇਹ ਕਿੰਨੀ ਤੁਹਾਨੂੰ ਸੋਚ ਕੇ ਵਧੀਆ ਲੱਗਦਾ ਵੀ ਉਹ ਸਖਸ਼ੀਅਤਾਂ ਵੀ ਇੱਥੋਂ ਪਾਸ ਆਊਟ ਹੋਈਆਂ ਨੇ ਜਿੱਥੋਂ ਤੁਸੀਂ ਪੜ ਰਹੇ ਹੋ ਇੱਥੇ ਉਹ ਵੀ ਜਵਾਬਕ ਨੇ ਜਿਹੜੇ ਥੀਏਟਰ ਕਰਦੇ ਨੇ ਪੋਇਟਰੀ ਕੰਪੀਟੀਸ਼ਨ 'ਚ ਹਿੱਸਾ ਲੈਂਦੇ ਨੇ ਹਨਾ ਲਿਖਦੇ ਨੇ ਪੜ ਵੀ ਰਹੇ ਨੇ ਹਨਾ ਯੂਥ ਫੈਸਟੀਵਲ 'ਚ ਵੀ ਜਾ ਰਹੇ ਨੇ ਆਪਣੇ ਐਨਐਸਐਸ ਹੁੰਦਾ ਐਨਸੀਸੀ ਕੈਂਪ ਲੱਗਦੇ ਨੇ ਮਤਲਬ ਕਿੰਨਾ ਕੁਝ ਹੁੰਦਾ ਕਿੰਨਾ ਕੁਝ ਬਿਲਕੁਲ ਤੇ ਇਹ ਤਾਂ ਕਲਾ ਨਾਲ ਭਰੀਆਂ ਹੋਈਆਂ ਚੀਜ਼ਾਂ ਨੇ ਇਹ ਪੜਾਈ ਨਾਲ ਵੀ ਜਿਵੇਂ ਕਹਿੰਦੇ ਵੀ ਗੱਟ ਚ ਹੋਈਆਂ ਚੀਜ਼ਾਂ ਨੇ ਕਿਉਂਕਿ ਜਿਹਦਾ ਨਾਂ ਹੀ ਬਿਸ਼ਪ ਵਿਦਿਆਲਿਆ ਹੁੰਦੀ ਯੂਨੀਵਰਸਿਟੀ ਦਾ ਜਿਹੜਾ ਮਤਲਬ ਹੁੰਦਾ ਵੀ ਉੱਥੇ ਤੋਂ ਤੁਹਾਨੂੰ ਫਿਰ ਹਰ ਚੀਜ਼ ਮਿਲੂਗੀ ਹਰ ਰੰਗ ਜ਼ਿੰਦਗੀ ਦਾ ਹਰ ਰੰਗ ਮਿਲੂਗਾ ਤੁਹਾਨੂੰ ਜ਼ਿੰਦਗੀ ਦਾ ਹੈਨਾ ਤਾਂ ਉਹ ਤੁਸੀਂ ਦੇਖਣਾ ਵੀ ਅਸੀਂ ਕਿਹੜਾ ਰੰਗ ਸਾਨੂੰ ਪਸੰਦ ਆ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਇਸੇ ਦੌਰ ਚ ਬਹੁਤ ਸੋਹਣੇ ਰਿਸ਼ਤੇ ਬਣਾਉਂਦੇ ਆ ਹਨਾ ਜ਼ਿੰਦਗੀ ਭਰ ਲਈ ਉਹਨਾਂ ਦੇ ਉਹ ਸਾਖ ਨਿਭਦੇ ਆ ਉਹਨਾਂ ਦੇ ਵਿਆਹ ਵੀ ਯੂਨੀਵਰਸਿਟੀਆਂ ਚ ਹੁੰਦੇ ਹੁੰਦੇ ਹਨਾ ਹੋ ਜਾਂਦੇ ਆ ਮੈਨੂੰ ਲੱਗਦਾ ਪੜ੍ਹਨ ਦਾ ਮਤਲਬ ਤੁਸੀਂ ਬੇਸਿਕ ਚੀਜ਼ਾਂ ਵੀ ਤਾਂ ਸਿੱਖਣੀਆਂ ਹੁੰਦੀਆਂ ਨੇ ਨਾ ਇੱਥੇ ਆ ਕੇ ਜਿਵੇਂ ਆਪਾਂ ਕਿਹਾ ਰਹਿਣਾ ਸਹਿਣਾ ਸਿੱਖਣਾ ਤੁਸੀਂ ਕਿਸੇ ਨੂੰ ਬੁਲਾਉਣਾ ਸਿੱਖਣਾ ਇੱਜ਼ਤ ਮਾਨ ਨਾਲ ਕਿਸੇ ਨੂੰ ਬੋਲ ਚਾਲ ਹਨਾ ਤੁਸੀਂ ਕਿਵੇਂ ਬੋਲਣਾ ਤੁਸੀਂ ਕਿਹੜੀ ਗੱਲ ਤੇ ਕਿਵੇਂ ਰਿਐਕਟ ਕਰਨਾ ਤੁਸੀਂ ਚਾਰ ਬੰਦਿਆਂ 'ਚ ਬੈਠੇ ਹੋ ਪਤਾ ਲੱਗਣਾ ਚਾਹੀਦਾ ਵੀ ਭਾਈ ਜਵਾਕ ਪੜਿਆ ਲਿਖਿਆ ਤੁਹਾਡੀ ਐਜੂਕੇਸ਼ਨ ਉੱਥੇ ਬੋਲਣੀ ਚਾਹੀਦੀ ਹੈ ਨਾਲੇ ਇਕੱਲਾ ਅਫਸਰ ਲੱਗਣਾ ਜ਼ਰੂਰੀ ਨਹੀਂ ਹੈਗਾ ਤੁਸੀਂ ਡਾਇਰੈਕਟਰ ਬਣ ਜਾਓ ਤੁਸੀਂ ਸਕ੍ਰਿਪਟ ਰਾਈਟਰ ਬਣ ਜਾਓ ਤੁਸੀਂ ਸਿੰਗਰ ਬਣ ਜਾਓ ਹਨਾ ਤੁਸੀਂ ਉਹੀ ਗੱਲ ਵੀ ਖੇਤੀ ਵੀ ਕਰ ਲਓ ਪਰ ਪੜ ਲਓ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਜ਼ਰੂਰ ਲਓ ਆਪਣੇ ਕਹਿ ਦਿੰਦੇ ਆ ਹੁਣ ਤਾਂ ਚਲੋ ਹਟ ਗਏ ਕਹਿਣੋ ਪਹਿਲਾਂ ਬਹੁਤ ਕਹਿੰਦੇ ਹੁੰਦੇ ਸੀ ਵੀ ਲੈ ਕੁੜੀ ਨੂੰ ਇੰਨਾ ਪੜਾ ਕੇ ਕੀ ਕਰਨਾ ਸੀ ਕਿਹੜਾ ਨੌਕਰੀ ਕਰਾਉਣੀ ਆ ਸੋ ਨੌਕਰੀ ਨਾ ਕਰਾਇਓ ਜੇ ਤੁਹਾਨੂੰ ਐ ਲੱਗਦਾ ਵੀ ਕੱਲ ਨੂੰ ਜਿਹੜੀ ਸਾਡੇ ਘਰੇ ਵੀ ਪਰਸਨਲ ਨਿੱਜੀ ਚੋਇਸ ਆ ਹਾਂ ਵੀ ਉਹ ਚੀਜ਼ ਤੁਸੀਂ ਨਾ ਕਰਾਇਓ ਪਰ ਉਹਨੂੰ ਘੱਟੋ ਘੱਟ ਦੁਨੀਆਦਾਰੀ ਦੇਖਣ ਤਾਂ ਦਿਓ ਸਤਿ ਸ੍ਰੀ ਅਕਾਲ ਜੀ ਮੈਂ ਮਨਵੀਰ ਕੌਰ ਤੇ ਤੁਸੀਂ ਦੇਖ ਰਹੇ ਹੋ ਬੀ ਸੋਸ਼ਲ ਪ੍ਰੋਗਰਾਮ ਗੱਲ ਤੇ ਗੱਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਮੇਰੇ ਵੱਲੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਆਪਾਂ ਹਰਸੀ ਨੂੰ ਵੀ ਜੀ ਆਇਆਂ ਨੂੰ ਆਖਦੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਰਸੀ ਤੇ ਜਿਵੇਂ ਅੱਜ ਮੌਸਮ ਸੋਹਣਾ ਸੀਗਾ ਹਨਾ ਤਾਂ ਆਪਾਂ ਸੋਚਿਆ ਵੀ ਅੱਜ ਵੀ ਆਪਾਂ ਬਾਹਰ ਕਿਤੇ ਸ਼ੂਟ ਕਰਦੇ ਹਾਂ ਸਾਰਾ ਦਿਨ ਅਜ ਮੀਂਹ ਪੈਂਦਾ ਰਿਹਾ ਆਪਣੇ ਚੰਡੀਗੜ੍ਹ ਤੇ ਫਿਰ ਆਪਾਂ ਸੋਚੇ ਵੀ ਅੱਜ ਆਪਾਂ ਕਿਉਂ ਨਾ ਯੂਨੀਵਰਸਿਟੀ ਸ਼ੂਟ ਕਰੀਏ ਹਨਾ ਤੇ ਉਹਦੇ ਨਾਲ ਇੱਕ ਤਾਂ ਸੀ ਵੀ ਜਿਹੜੀਆਂ ਸਾਡੀਆਂ ਯੂਨੀਵਰਸਿਟੀ ਦੀਆਂ ਕਾਲਜ ਦੀਆਂ ਯਾਦਾਂ ਨੇ ਉਹ ਤਾਜ਼ੀਆਂ ਹੋ ਜਾਣਗੀਆਂ ਤੇ ਦੂਜਾ ਸਾਨੂੰ ਆ ਸੀਗਾ ਵੀ ਨਾਲੇ ਥੋੜਾ ਜਿਹਾ ਚੇਂਜ ਹੋ ਜਾਊਗਾ ਹਨਾ ਤੇ ਯੂਨੀਵਰਸਿਟੀ ਦੀ ਜ਼ਿੰਦਗੀ ਜਿਹੜੀ ਹੁੰਦੀ ਆ ਉਹ ਮਤਲਬ ਬਹੁਤ ਸੋਹਣਾ ਇੱਕ ਗੋਲਡਨ ਪੀਰੀਅਡ ਹੁੰਦਾ ਹਨਾ ਉਹ ਆਪਣਾ ਜਦੋਂ ਆਪਾਂ ਕਾਲਜ 'ਚ ਪੜਦੇ ਆ ਫਿਰ ਆਪਾਂ ਯੂਨੀਵਰਸਿਟੀ ਪੜਦੇ ਆ ਉਹ ਜਿਹੜੀਆਂ ਚੀਜ਼ਾਂ ਆਪਾਂ ਯੂਨੀਵਰਸਿਟੀ ਚ ਐਕਸਪੀਰੀਅੰਸ ਕਰਦੇ ਆ ਮਤਲਬ ਪੜਾਈ ਹੋ ਗਈ ਜਾਂ ਹੋਰ ਵੀ ਕਿੰਨੀਆਂ ਐਕਟੀਵਿਟੀਜ਼ ਹੁੰਦੀਆਂ ਨੇ ਜਿਨ੍ਹਾਂ ਚ ਆਪਾਂ ਪਾਰਟਿਸਿਪੇਟ ਕਰਦੇ ਆ ਮੈਨੂੰ ਲੱਗਦਾ ਉਹ ਐਕਸਪੋਜ਼ਰ ਜਿਹੜਾ ਹੈ ਉਹ ਆਪਾਂ ਨੂੰ ਕਾਲਜਾਂ ਯੂਨੀਵਰਸਿਟੀਆਂ ਚ ਪੜ ਕੇ ਮਿਲਦਾ ਤੇ ਜਿਹੜਾ ਬੰਦਾ ਜਿੱਥੇ ਵੀ ਪੜਦਾ ਜਿਵੇਂ ਆਪਾਂ ਪੰਜਾਬ ਯੂਨੀਵਰਸਿਟੀ ਚ ਅੰਡੀਗੜ੍ਹ ਦੇ ਸਟੂਡੈਂਟ ਆ ਹਨਾ ਜਿਹੜੇ ਕਿਤੇ ਹੋਰ ਪੜਦੇ ਆ ਕੋਈ ਪਟਿਆਲੇ ਪੜਦਾ ਜਾਂ ਕੋਈ ਅੰਮ੍ਰਿਤਸਰ ਪੜਦਾ ਜਿੱਥੇ ਵੀ ਕੋਈ ਪੜਦਾ ਉਹਨਾਂ ਨੂੰ ਆਪਦੀ ਆਪਦੀ ਯੂਨੀਵਰਸਿਟੀ ਪਿਆਰੀ ਹੁੰਦੀ ਆ ਤਾਂ ਆਪਾਂ ਨੂੰ ਇੱਥੇ ਆਉਣ ਦੀ ਖਿੱਚ ਹੁੰਦੀ ਆ ਤਾਂ ਉਹਨਾਂ ਨੂੰ ਉੱਥੇ ਜਾਣ ਦੀ ਹੁੰਦੀ ਆ ਨਾਲੇ ਨਾ ਮੈਂ ਤੈਨੂੰ ਐਂ ਨਹੀਂ ਕਹਿੰਦੀ ਹੁੰਦੀ ਜਦੋਂ ਕਈ ਵਾਰ ਆਪਾਂ ਯੂਨੀਵਰਸਿਟੀ ਦੇ ਗੇਟ ਤੋਂ ਐਂਟਰੀ ਹੁੰਨੇ ਆ ਹਲੇ ਮੈਂ ਤੈਨੂੰ ਕਹਣੀ ਹੁੰਦੀ ਆ ਵੀ ਮਨਵੀਰ ਐਂ ਲੱਗਦਾ ਜਿਵੇਂ ਆਪਣਾ ਕਿੰਗਡਮ ਆ ਰਾਜ ਭਾਗ ਆ ਹਨਾ ਆਪਣਾ ਵੀ ਇੱਥੇ ਆਪਾਂ ਬਸ ਜੋ ਕੁਝ ਵੀ ਆ ਮਤਲਬ ਤੁਹਾਨੂੰ ਯੂਨੀਵਰਸਿਟੀ ਦੇ ਅੰਦਰ ਆ ਕੇ ਐਂ ਲੱਗਦਾ ਵੀ ਇੱਥੇ ਸਾਨੂੰ ਕੋਈ ਕੁਝ ਕਹਿ ਹੂੰ ਤਾਂ ਤੁਹਾਨੂੰ ਇੱਕ ਅਪਨਾਤ ਮਹਿਸੂਸ ਹੁੰਦੀ ਆ ਵੀ ਜਿਵੇਂ ਸਟੂਡੈਂਟਸ ਲਈ ਇਹ ਇੱਕ ਉਹਨਾਂ ਦਾ ਰਾਜਪਾਗ ਹੀ ਹੁੰਦਾ ਇੱਥੇ ਤੁਸੀਂ ਪੜਦੇ ਵੀ ਹੋ ਰਹੇ ਨੇ ਵੀ ਹੋ ਹਨਾ ਕਿਉਂਕਿ ਜਵਾਕਾਂ ਦਾ ਕੀ ਹੁੰਦਾ ਛੋਟੇ ਛੋਟੇ ਹੁੰਨੇ ਆ ਆਪਾਂ ਸਾਰੇ ਸਕੂਲਾਂ ਚੋਂ ਨਿਕਲ ਕੇ ਕਾਲਜਾਂ ਯੂਨੀਵਰਸਟੀਆਂ ਚ ਆ ਜਾਂਦੇ ਆ ਜਿਵੇਂ ਆਪਾਂ ਦੋਵੇਂ ਡੀਏਵੀ ਪੜ੍ਹਿਆ ਹਨਾ ਸੈਕਟਰ 10 ਤੇ ਜਦੋਂ ਆਪਾਂ ਪਹਿਲਾਂ ਪਹਿਲਾਂ ਇਹ ਹੋਵਾਂਗੇ ਮਤਲਬ ਆਪਾਂ ਨੂੰ ਚਾ ਵੀ ਹੁੰਦਾ ਤੇ ਇੱਕ ਡਰ ਵੀ ਹੁੰਦਾ ਵੀ ਘਰੋਂ ਬਾਹਰ ਰਹਿਣਾ ਪਰ ਕਿਵੇਂ ਸਮੇਂ ਦੇ हिसाब ਨਾਲ ਆਪਾਂ ਕਿੰਨੀਆਂ ਚੀਜ਼ਾਂ ਸਿੱਖ ਜਾਂਦੇ ਗਏ ਸਿੱਖਦੇ ਗਏ ਹੈਣਾ ਤੇ ਅੱਜ ਉਹ ਵੀ ਸਮਾਂ ਵੀ ਆਪੋ ਪਾਸ ਆਊਟ ਹੋ ਕੇ ਹੁਣ ਜਿਵੇਂ ਮੈਂ ਪੀ ਐਚ ਡੀ ਕਰ ਰਹੀ ਆ ਹੈਨਾ ਤਾਂ ਵੀ ਉਹ ਸਾਰਾ ਕੁਝ ਲੰਘ ਗਿਆ ਉਹ ਜਿਹੜਾ ਇੱਕ ਦੌਰ ਸੀਗਾ ਉਹ ਸੋਹਣਾ ਦੌਰ ਸੀਗਾ ਤਾਂ ਜਿਵੇਂ ਤੂੰ ਕਿਹਾ ਨਾ ਵੀ ਆਪਾਂ ਛੋਟੇ ਹੁੰਨੇ ਆ ਫਿਰ ਆਪਾਂ ਇੱਥੇ ਆਉਣੇ ਆ ਮੈਨੂੰ ਲੱਗਦਾ ਸਭ ਤੋਂ ਪਹਿਲੀ ਚੀਜ਼ ਜਦੋਂ ਆਪਾਂ ਕਿਸੇ ਵੀ ਘਰੋਂ ਬਾਹਰ ਪੜਨ ਜਾਂਦੇ ਆ ਕਾਲਜ ਜਾਂ ਯੂਨੀਵਰਸਿਟੀ ਚ ਜਾਂਦੇ ਆ ਇੱਕ ਸਕੂਲ ਪੱਧਰ ਤੋਂ ਸਾਡਾ ਇੱਕ ਲੈਵਲ ਅੱਪ ਹੁੰਦਾ ਹੈਣਾ ਜਦੋਂ ਉਹ ਇਹ ਆ ਵੀ ਉਦੋਂ ਅਸੀਂ ਇੰਡੀਪੈਂਡੈਂਟ ਹੋਣਾ ਸਿੱਖਦੇ ਆਂ ਆਪਦੇ ਕੰਮ ਨੇ ਜਿਹੜੇ ਅਸੀਂ ਆਪ ਕਰਨਾ ਸਿੱਖਦੇ ਆਂ ਜਿਵੇਂ ਬਹੁਤ ਹੀ ਛੋਟੀਆਂ ਚੀਜ਼ਾਂ ਵੀ ਪਹਿਲਾਂ ਅਸੀਂ ਘਰੇ ਸਾਨੂੰ ਕੱਪੜੇ ਧੋਣੇ ਹੋ ਸਕਦਾ ਨਾ ਆਉਂਦੇ ਹੋਣ ਹਨਾ ਸਾਨੂੰ ਕੁਝ ਬਣਾਉਣਾ ਨਾ ਆਉਂਦਾ ਹੋਵੇ ਪਰ ਇੱਥੇ ਆ ਕੇ ਤੁਹਾਨੂੰ ਆ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ ਉਹ ਕਹਿੰਦੇ ਵੀ ਗਲ ਪਿਆ ਢੋਲ ਸਾਰੇ ਉਹ ਚੋਂਦੇ ਆ ਤੇ ਇੱਥੇ ਤੁਹਾਨੂੰ ਆਪੇ ਆਪ ਦਾ ਕੰਮ ਕਰਨਾ ਆ ਜਾਂਦਾ ਤੁਹਾਨੂੰ ਬਾਕੀ ਸਾਰੇ ਲੋਕਾਂ ਨਾਲ ਐਡਜਸਟ ਕਰਨਾ ਆ ਜਾਂਦਾ ਜਿਵੇਂ ਜਿਹੜੇ ਲੋਕ ਹੌਸਟਲ 'ਚ ਰਹਿੰਦੇ ਆ ਜਿਹੜੇ ਬੱਚੇ ਹੌਸਟਲ 'ਚ ਰਹਿੰਦੇ ਆ ਹਨਾ ਉਹਨਾਂ ਦਾ ਕੋਈ ਜਿਹੜਾ ਰੂਮ ਮੇਟ ਹੁੰਦਾ ਉਹ ਆ ਨਹੀਂ ਪਤਾ ਕਿਸੇ ਹੋਰ ਸਟੇਟ ਦਾ ਹੋਵੇ ਜਾਂ ਕਿਤੋਂ ਦਾ ਜਮੇ ਆਪਾਂ ਜੀ ਨੂੰ ਜਾਣਦੇ ਹੀ ਨਹੀਂ ਹੁੰਦੇ ਹੈਗੇ ਪਰ ਆਪਾਂ ਉਹਦੇ ਨਾਲ ਵੀ ਐਡਜਸਟ ਕਰ ਲੈਣੇ ਆ ਤਾਂ ਮਤਲਬ ਆ ਸਾਰੀਆਂ ਚੀਜ਼ਾਂ ਕਿਸੇ ਨਾਲ ਰਲ ਮਿਲ ਕੇ ਰਹਿਣਾ ਕੋਈ ਚੀਜ਼ ਵੰਡ ਕੇ ਖਾਣੀ ਆਪ ਦਾ ਕੰਮ ਆਪ ਕਰਨਾ ਇਹ ਆਪ ਉਹਦੋਂ ਹੀ ਸਿੱਖਦੇ ਆ ਜਦੋਂ ਆਪਾਂ ਘਰੋਂ ਬਾਹਰ ਆਉਨੇ ਆ ਮਤਲਬ ਹੌਸਟਲ ਤੁਹਾਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਦਿੰਦਾ ਜੋ ਐਡਜਸਟਮੈਂਟ ਆ ਜਿਹੜੀ ਦੀ ਹਰ ਰਿਸ਼ਤੇ 'ਚ ਜ਼ਰੂਰਤ ਆ ਹੈਨਾ ਤੇ ਜਿਵੇਂ ਆਪਾਂ ਕਹੀਏ ਵੀ ਅਪਾ ਗੱਲ ਕਰ ਰਹੀ ਸੀ ਜਿਵੇਂ ਹੁਣ ਖਾਣਾ ਬਣਾਉਣ ਦੀ ਜੇ ਤੁਸੀਂ ਹੌਸਟਲ ਨਹੀਂ ਰਹਿੰਦੇ ਕਿਤੇ ਬਾਹਰ ਰਹਿੰਦੇ ਹੋ ਹਨਾ ਸ਼ਹਿਰ 'ਚ ਤੁਸੀਂ ਪੀਜੀ ਰਹਿ ਰਹੇ ਹੋ ਜਾਂ ਤੁਸੀਂ ਆਪ ਦਾ ਫਲੈਟ ਲਿਆ ਹੋਇਆ ਫਿਰ ਤੁਸੀਂ ਖਾਣਾ ਬਣਾਉਣਾ ਵੀ ਸਿੱਖਦੇ ਹੋ ਮਚਾਉਨੇ ਵੀ ਹੋ ਨੂੰ ਫਿਰ ਹੌਲੀ ਹੌਲੀ ਉਹ ਚ ਨਿਪੁੰਨ ਵੀ ਹੁੰਨੇ ਹੋ ਜਿਵੇਂ ਮੇਰੇ ਵਰਗਾ ਬਣਾਉਂਦਾ ਬਣਾਉਂਦਾ ਗੈਸ ਤੇਜ਼ ਕਰਕੇ ਛੱਡ ਦਿੰਦਾ ਤਾਂ ਉੱਥੇ ਤੁਸੀਂ ਸਿੱਖਦੇ ਹੋ ਹਨਾ ਫਿਰ ਕੀ ਹੈਗਾ ਵੀ ਜਦੋਂ ਮੈਂ ਪਹਿਲਾਂ-ਪਹਿਲਾਂ ਘਰੋਂ ਬਾਹਰ ਰਹਿਣ ਲੱਗੀ ਸੀ ਨਾ ਮੈਂ 15 ਕਿ ਦਿਨਾਂ ਤੋਂ ਬੈਗ ਭਰ ਕੇ ਕੱਪੜਿਆਂ ਦਾ ਘਰੇ ਲੈ ਜਾਣਾ ਵੀ ਤੋਂ ਵਾਸਤੇ ਫਿਰ ਥੋੜੇ ਜੇ ਟਾਈਮ ਬਾਅਦ ਤੁਹਾਨੂੰ ਰਿਅਲਾਈਜ਼ ਹੁੰਦਾ ਵੀ ਇਹ ਤਾਂ ਬਹੁਤ ਲੰਬਾ ਪ੍ਰੋਸੈਸ ਆ ਹਲੇ ਸਾਲਾਂ ਬੱਧੀ ਇਹ ਚੀਜ਼ ਚੱਲਣੀ ਆ ਮੈਂ ਕਿੰਨੇ ਕ ਬੈਗ ਭਰ-ਭਰ ਲਿਜਾਈ ਜਾਊ ਹਣਾ ਫਿਰ ਤੁਸੀਂ ਉਹ ਚੀਜ਼ ਵੀ ਸਿੱਖਦੇ ਹੋ ਵੀ ਜੇ ਤੁਸੀਂ ਭਈ ਚਿੱਟਾ ਪਾਇਆ ਜਾਂ ਕੋਈ ਓਵੇਂ ਦਾ ਕੱਪੜਾ ਪਾਇਆ ਤੁਸੀਂ ਅੱਜ ਇਹਨੂੰ ਥੋੜਾ ਜਿਹਾ ਬਚਾ ਕੇ ਰੱਖਣਾ ਬਚਾ ਕੇ ਰੱਖਣਾ ਵੀ ਉਰੇ ਤੋਂ ਓਕੇ ਆ ਕੱਪੜੇ ਖਰਾਬ ਨਾ ਹੋ ਜੇ ਤਾਂ ਤੁਸੀਂ ਕਿੰਨੀਆਂ ਚੀਜ਼ਾਂ ਆਪੇ ਆਪ ਮੁ ਫਿਰ ਆ ਚੀਜ਼ ਤੋਂ ਹੀ ਆ ਗਿਆ ਵੀ ਜਿਵੇਂ ਆਪਾਂ ਕਹਿੰਦੇ ਹੁੰਨੇ ਆ ਹੋਸਟਲ ਲਾਈਫ ਤੋਂ ਇਲਾਵਾ ਇੱਕ ਚੀਜ਼ ਆਉਂਦੀ ਆ ਯੂਥ ਫੈਸਟੀਵਲ ਜਦੋਂ ਕਾਲਜਾਂ ਯੂਨੀਵਰਸਿਟੀਆਂ ਚ ਹੁੰਦੇ ਆ ਹਨਾ ਉਹ ਵਿਆਹ ਤੋਂ ਵੱਡਾ ਵੱਡਾ ਹੋਰ ਚੀਜ਼ ਹੁੰਦੀ ਆ ਹਨਾ ਵੀ ਪ੍ਰੈਕਟਿਸਾਂ ਚੱਲ ਰਹੀਆਂ ਹੁੰਦੀਆਂ ਨੇ ਅੱਜ ਕੱਲ ਵੀ ਉਹੀ ਟਾਈਮ ਚੱਲ ਰਿਹਾ ਜਦੋਂ ਗਿੱਧਾ ਭੰਗੜਾ ਜਾਂ ਹੋਰ ਆਪਾਂ ਤਾਂ ਬੈਠੇ ਵੀ ਯੂਥ ਫੈਸਟੀਵਲ ਵਾਲਾ ਜਿਹੜਾ ਡਿਪਾਰਟਮੈਂਟ ਹੈ ਯੂਨੀਵਰਸਿਟੀ ਦਾ ਜਿੱਥੇ ਆ ਹਾਂ ਤਾਂ ਮਤਲਬ ਯੂਥ ਫੈਸਟੀਵਲ ਦੀ ਰੌਣਕ ਹੋਗੀ ਵੀ ਜਵਾਕਾਂ ਨੇ ਆਪਾਂ ਆਥਣ ਆਥਣ ਰਾਤ ਰਾਤ ਤੱਕ ਪ੍ਰੈਕਟਿਸ ਚੱਲਦੀ ਰਹਿਣੀ ਹਨਾ ਫੇਰ ਕਿਤੇ ਘਰੇ ਜਾਣਾ ਤੇ ਫਿਰ ਆ ਚੀਜ਼ਾਂ ਆ ਗਈਆਂ ਵੀ ਕੋਈ ਇਵੈਂਟ ਹੋਣਾ ਤਾਂ ਆਪਾਂ ਨੂੰ ਕਿੰਨਾ ਉਹ ਚੀਜ਼ ਦਾ ਵੀ ਚਾਹ ਹੁੰਦਾ ਤੇ ਆਪਾਂ ਖੁਦ ਆਰਗੇਨਾਈਜ਼ ਕਰਨਾ ਕਿੰਨੀਆਂ ਚੀਜ਼ਾਂ ਸਿੱਖ ਜਾਂਦੇ ਲੀਡਰਸ਼ਿਪ ਸਕਿੱਲ ਸਿੱਖਦੇ ਹੋ ਤੁਸੀਂ ਤੇ ਉਹੀ ਗੱਲ ਆ ਵੀ ਦੇਖ ਇੱਥੇ ਆਪਣੇ ਦੋਸਤ ਬਣਦੇ ਆ ਇੱਥੇ ਆ ਕੇ ਤੁਹਾਡਾ ਇੱਕ ਆਪ ਦਾ ਪਰਿਵਾਰ ਬਣਦਾ ਤੁਹਾਡੀਆਂ ਸਹੇਲੀਆਂ ਬਣਦੀਆਂ ਨੇ ਹਨਾ ਜਿਨ੍ਹਾਂ ਨੂੰ ਤੁਸੀਂ ਆਪ ਚੂਜ਼ ਕਰਦੇ ਹੋ ਕੁਛ ਨਾਲ ਤੁਹਾਡੀ ਮਤ ਮਿਲਦੀ ਆ ਉਹ ਤੁਹਾਡੇ ਲੰਬਾ ਸਮਾਂ ਦੋਸਤ ਚੱਲਦੇ ਨੇ ਜਿਵੇਂ ਕਿ ਆਪਾਂ ਦੋਵੇਂ ਯੂਥ ਫੈਸਟੀਵਲ ਕਰਕੇ ਮਿਲੇ ਜੇ ਗਿੱਧੇ 'ਚ ਨਾ ਹੁੰਦੇ ਤਾਂ ਮਿਲਣਾ ਹੀ ਕਿਤੇ ਮੈਨੂੰ ਲੱਗਦਾ ਜਿਹੜੀਆਂ ਮੇਰੀਆਂ ਖਾਸ ਸਹੇਲੀਆਂ ਨੇ ਅੱਜ ਦੇ ਟਾਈਮ ਕਿਉਂ ਸਾਰੀਆਂ ਮੈਨੂੰ ਗਿੱਧੇ 'ਚ ਹੀ ਮਿਲੀਆਂ ਨੇ ਤਾਂ ਜੇ ਮੈਂ ਗਿੱਧਾ ਨਾ ਪਾਉਂਦੀ ਜੇ ਮੈਂ ਗਿੱਧੇ 'ਚ ਪਾਰਟਿਸਿਪੇਟ ਨਾ ਕਰਦੀ ਤਾਂ ਉਸੇ ਲੀਆਂ ਸ਼ਾਇਦ ਅੱਜ ਮੇਰੇ ਕੋਲ ਨਾ ਹੁੰਦੀਆਂ ਹਨਾ ਤਾਂ ਉਹਨਾਂ ਦਾ ਵੀ ਧੰਨਵਾਦ ਆ ਤੇ ਉਹੀ ਗੱਲ ਆ ਗਈ ਵੀ ਇੱਥੇ ਆਪਾਂ ਇੱਕ ਆਪਦਾ ਪਰਿਵਾਰ ਆਪ ਚੂਜ਼ ਕਰਦੇ ਆ ਆਪਾਂ ਲੋਕਾਂ ਦੀ ਆਪ ਚੋਣ ਕਰਦੇ ਆ ਹਨਾ ਜਿਹੜੇ ਆਪਾਂ ਨੂੰ ਆਪਦੇ ਵਰਗੇ ਲੱਗਦੇ ਨੇ ਇੱਥੇ ਤਾਂ ਉਹੀ ਹਰਸੀ ਵੀ ਉਹੀ ਦੁੱਖ ਸੁੱਖ ਚ ਤੁਹਾਡਾ ਪਰਿਵਾਰ ਆ ਕਿਉਂਕਿ ਆਪਾਂ ਆਪਦੇ ਘਰ ਦੇਿਆਂ ਤੋਂ ਕਾਫੀ ਦੂਰ ਰਹਿੰਦੇ ਹੁੰਨੇ ਆ ਤੇ ਜੇ ਆਪਣਾ ਕੁਝ ਦੁੱਖ ਦਾ ਸੁੱਖ ਦਾ ਕੋਈ ਖੁਸ਼ੀ ਵੀ ਆਪਾਂ ਸਭ ਤੋਂ ਪਹਿਲਾਂ ਆਪਦੇ ਫਰੈਂਡਸ ਨਾਲ ਦੋਸਤਾਂ ਨਾਲ ਸਾਂਝੀ ਕਰਦੇ ਆ ਹਨਾ ਤਾਂ ਇੱਥੇ ਆਪਾਂ ਨੂੰ ਉਹੀ ਨੇੜੇ ਹੁੰਦੇ ਆ ਕਿਉਂਕਿ ਸਭ ਤੋਂ ਨਾਲੇ ਜਿਵੇਂ ਦੋਸਤਾਂ ਦੀ ਗੱਲ ਹੈ ਹਨਾ ਆਪਾਂ ਇਹ ਪਹਿਲਾਂ ਵੀ ਇੱਕ ਐਪੀਸੋਡ ਚ ਗੱਲ ਕੀਤੀ ਆ ਵੀ ਤੁਸੀਂ ਰਤਬੇ ਸਟੇਟਸ ਆ ਦੇਖ ਕੇ ਦੋਸਤੀਆਂ ਨਹੀਂ ਕਰਦੇ ਉਸ ਉਮਰ ਚ ਹਨਾ ਤੁਸੀਂ ਇਹ ਹੀ ਦੇਖਦੇ ਹੋ ਵੀ ਇਹਦੇ ਨਾਲ ਮੇਰਾ ਸੁਭਾਅ ਮਿਲਦਾ ਦੇਖਦੇ ਵੀ ਨਹੀਂ ਤੁਹਾਡਾ ਸੁਭਾਅ ਮਿਲ ਗਿਆ ਤੇ ਤੁਹਾਨੂੰ ਅਗਲੇ ਦਿਨ ਹੁੰਦਾ ਵੀ ਚਲ ਉਹਨੂੰ ਹੀ ਮਿਲਦੇ ਆ ਉਸੇ ਬੰਦੇ ਨੂੰ ਮਿਲਦੇ ਆ ਹਨਾ ਇਹ ਫਿਰ ਕੀ ਹੈਗਾ ਵੀ ਕੁਝ ਲੋਕ ਕੀ ਕਰਦੇ ਆ ਦਿਖਾਵੇ ਚ ਯੂਨੀਵਰਸਿਟੀ ਕਾਲਜ ਲਾਈਫ ਗਵਾ ਦਿੰਦੇ ਆ ਬਿਲਕੁਲ ਮਤਲਬ ਉਹਨਾਂ ਦੀ ਸਾਰੀ ਜਿੰਨੇ ਵੀ 4 5 6 ਸਾਲ ਜਿੰਨੇ ਉਹਨਾਂ ਨੇ ਲਾਉਣੇ ਆ ਉਹ ਸਾਰਾ ਉਸ ਟਾਈਮ ਨੂੰ ਸਿਰਫ ਇਹ ਵੀ ਠੀਕ ਹੈ ਗੱਡੀਆਂ ਚੱਕ ਲਈਆਂ ਜੀ ਮੈਂ ਆ ਮੈਂ ਆਏ ਪਉਣਾ ਮੈਂ ਇੱਥੇ ਜਾਣਾ ਹਨਾ ਮੈਂ ਫਲਾਨੇ ਨੂੰ ਬੁਲਾਉਣਾ ਮੇਰਾ ਸਰਕਲ ਤਾਂ ਥੋੜਾ ਜਿਹਾ ਉਹਦੇ ਵਾਲਾ ਹੀ ਹੋਣਾ ਚਾਹੀਦਾ ਅਸੀਂ ਤਾਂ ਹਾਂ ਤਾਂ ਉਹ ਚੀਜ਼ਾਂ ਕਰਕੇ ਆਪਾਂ ਕਈ ਵਾਰ ਫਿਰ ਬਾਅਦ ਚ ਸੋਚਦੇ ਆ ਵੀ ਯਾਰ ਕੋਈ ਚੱਜ ਦਾ ਬੰਦਾ ਤਾਂ ਖੱਟਿਆ ਹੀ ਨਾ ਜਾਂਦੇ ਜੀ ਹੂੰ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਆ ਜਿਹੜੇ ਇਸੇ ਦੌਰ ਚ ਬਹੁਤ ਸੋਹਣੇ ਰਿਸ਼ਤੇ ਬਣਾਉਂਦੇ ਆ ਹਨਾ ਜ਼ਿੰਦਗੀ ਭਰ ਲਈ ਉਹਨਾਂ ਦੇ ਉਹ ਸਾਥ ਨਿਭਦੇ ਆ ਉਹਨਾਂ ਦੇ ਵਿਆਹ ਵੀ ਯੂਨੀਵਰਸਿਟੀਾਂ ਚ ਹੁੰਦੇ ਹੁੰਦੇ ਹਨਾ ਹੋ ਜਾਂਦੇ ਆ ਅੱਛਾ ਫਿਰ ਉਹ ਅਗਲੀਆਂ ਪੜਾਈਆਂ ਵੀ ਇਕੱਠੇ ਕਰਦੇ ਨੇ ਕੱਥੇ ਗ੍ਰੋ ਕਰਦੇ ਨੇ ਹਾਂ ਕੁਝ ਲੋਕ ਐਨੇ ਸੋਹਣੇ ਰਿਸ਼ਤੇ ਬਣਾ ਲੈਂਦੇ ਆ ਤੇ ਕੁਝ ਲੋਕ ਕੁਝ ਨਹੀਂ ਉਹਨਾਂ ਦੇ ਪੱਲੇ ਨਹੀਂ ਪੈਂਦਾ ਹਾਂ ਤੇ ਉਹੀ ਜਿਵੇਂ ਆਪਾਂ ਕਹਿੰਨੇ ਆ ਵੀ ਜਿਹੜਾ ਜਿੱਥੇ ਪੜਦਾ ਹਨਾ ਉਹਨੂੰ ਉੱਥੋਂ ਦੀ ਖਿੱਚ ਹੁੰਦੀ ਆ ਆਪਾਂ ਇੱਥੇ ਪੜਦੇ ਆ ਆਪਾਂ ਨੂੰ ਇਹ ਚੰਗੀ ਲੱਗਦੀ ਆ ਆਪਾਂ ਨੂੰ ਮੋਹ ਆਉਂਦਾ ਉਸ ਜਗ੍ਹਾ ਦਾ ਜਿਵੇਂ ਆਪਾਂ ਪਹਿਲਾਂ ਹੀ ਤੋ ਕਿਹਾ ਵੀ ਕਿੰਗਡਮ ਲੱਗਦੀ ਆ ਤੁਹਾਨੂੰ ਦੂਜੀ ਆ ਵੀ ਗੱਲ ਇੱਥੇ ਕਿ ਤੁਹਾਨੂੰ ਵੱਡਾ ਫੀਲ ਨਹੀਂ ਹੁੰਦਾ ਕਿਉਂਕਿ ਇੱਥੇ ਸਾਬੂ ਉਮਰ ਦੇ ਬੱਚੇ ਹਲੇ ਪੜ ਰਹੇ ਹੁੰਦੇ ਆ ਕੋਈ ਰਿਸਰਚ ਸਕਾਲਰ ਆ ਤੇ ਕੋਈ ਆਪ ਦਾ ਕੋਈ ਹੋਰ ਇੱਥੇ ਹੋ ਸਕਦਾ ਇੱਥੇ ਨੌਕਰੀ ਕਰਨ ਲੱਗ ਗਿਆ ਹੋਵੇ ਹੈਨਾ ਤਾਂ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਹਜੇ ਬਾਲੇ ਵੱਡੇ ਨਹੀਂ ਹੋਏ ਅਸੀਂ ਠੀਕ ਆ ਤੇ ਦੂਜੀ ਆ ਗੱਲ ਵੀ ਜਿਵੇਂ ਹਰੀ ਯੂਨੀਵਰਸਿਟੀ ਤੋਂ ਕਿਉਂਕਿ ਇਹ ਜਿਹੜੀਆਂ ਜਗਾਵਾਵਾਂ ਹੁੰਦੀਆਂ ਨੇ ਨਾ ਇੱਥੇ ਆਪਾਂ ਨੂੰ ਹਰ ਤਰ੍ਹਾਂ ਦਾ ਜਿਹੜਾ ਫੀਲਡ ਹੈ ਉਹਨੂੰ ਐਕਸਪਲੋਰ ਕਰਨ ਦਾ ਮੌਕਾ ਮਿਲਦਾ ਜਾਂ ਮਤਲਬ ਜੇ ਤੁਸੀਂ ਕੋਈ ਆਰਟਿਸਟ ਹੋ ਤੁਸੀਂ ਗਾਉਣੇ ਹੋ ਤਾਂ ਤੁਹਾਨੂੰ ਉਹਦੇ ਵੀ ਇੱਥੇ ਬਹੁਤ ਮੌਕੇ ਮਿਲਦੇ ਆ ਕੋਈ ਬੰਦਾ ਪੇਂਟਿੰਗਸ ਬਣਾਉਂਦਾ ਉਹਨੂੰ ਉਹਦੇ ਵੀ ਮੌਕੇ ਮਿਲਦੇ ਆ ਹੈਨਾ ਕੋਈ ਡਾਂਸ ਕਰਦਾ ਉਹਦੇ ਵੀ ਅਲੱਗ-ਅਲੱਗ ਇੱਥੇ ਡਿਪਾਰਟਮੈਂਟਸ ਨੇ ਯੂਨੀਵਰਸਿਟੀ ਦੇ ਵਿੱਚ ਤਾਂ ਮਤਲਬ ਜਿਹੜਾ ਵੀ ਤੁਹਾਡਾ ਇੰਟਰਸਟ ਆ ਤੁਹਾਨੂੰ ਇੱਥੇ ਉਸ ਉਹ ਚੀਜ਼ ਮਿਲੂਗੀ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਵਿਆਹ ਚ ਆਪਾਂ ਜਾਣੇ ਆ ਉੱਥੇ ਵੱਖਰੀਆਂ ਵੱਖਰੀਆਂ ਸਬਜ਼ੀਆਂ ਬਣੀਆਂ ਪਈਆਂ ਹੁੰਦੀਆਂ ਨੇ ਤੁਸੀਂ ਦੇਖਣਾ ਵੀ ਤੁਹਾਨੂੰ ਕਿਹੜੀ ਪਸੰਦ ਆ ਤੁਸੀਂ ਉਹ ਖਾਣੇ ਹੋ ਤਾਂ ਉਹ ਹਿਸਾਬ ਇੱਥੇ ਆ ਵੀ ਇੱਥੇ ਹਰ ਡਿਪਾਰਟਮੈਂਟ ਆ ਹਰ ਚੀਜ਼ ਨਾਲ ਜੁੜੀ ਤੁਹਾਨੂੰ ਪੜਾਈ ਐਕਸਪੋਜ਼ਰ ਮਿਲੂਗਾ ਉਹ ਤੁਹਾਡੇ ਤੇ ਆ ਤੁਹਾਡਾ ਇੰਟਰਸਟ ਕਾਦੇ ਚ ਐਕਸਪੋਜ਼ਰ ਦੀ ਗੱਲ ਆ ਨਾ ਤੁਹਾਨੂੰ ਚੰਗੇ ਲੋਕਾਂ ਨੇ ਵੀ ਮਿਲਣਾ ਤੁਹਾਨੂੰ ਮਾੜੀ ਲੋਕਾਂ ਦੇ ਨੇ ਵੀ ਮਿਲਣਾ ਹਨਾ ਜਿਵੇਂ ਹੁਣ ਕਈ ਵਾਰੀ ਆਪਾਂ ਨੂੰ ਪੇਰੈਂਟਸ ਪੁੱਛਦੇ ਆ ਆਪਾਂ ਪਿੰਡ ਜਾਂਦੇ ਆ ਘਰੇ ਜਾਂਦੇ ਆ ਵੀ ਅਸੀਂ ਆਪਦੇ ਜਵਾਕ ਦੀ ਐਡਮਿਸ਼ਨ ਕਰਾਉਣੀ ਆ ਉੱਥੇ ਪਰ ਉੱਥੋਂ ਦਾ ਮਾਹੌਲ ਨਹੀਂ ਵਧੀਆ ਤਾਂ ਮੈਂ ਉਹਨਾਂ ਨੇ ਇਹ ਕਹਿਣੀ ਹੁੰਦੀ ਆ ਵੀ ਮਾਹੌਲ ਤੁਹਾਡੇ ਜਵਾਕ ਨੇ ਬਣਾਉਣਾ ਮਾਹੌਲ ਸਾਰੇ ਸ਼ਹਿਰਾਂ 'ਚ ਜਾਂ ਪਿੰਡਾਂ 'ਚ ਇੱਕੋ ਜਿਹਾ ਹੀ ਹੁੰਦੇ ਨੇ ਇਹ ਨਹੀਂ ਹੁੰਦਾ ਵੀ ਕਿਸੇ ਸ਼ਹਿਰ 'ਚ ਤੁਹਾਡਾ ਜਵਾਕ ਜਾਊਗਾ ਤਾਂ ਉਹ ਸ਼ਹਿਰ ਵਿਗਾੜਨ ਨੂੰ ਤਿਆਰੀ ਬੈਠਾ ਹੈ ਨਾ ਤੁਹਾਡੇ ਬੱਚੇ ਦੇ ਵੀ ਤਾਂ ਸਾਰੇ ਆ ਨਾ ਕਿਉਂਕਿ ਜਿਵੇਂ ਆਪਾਂ ਗੱਲ ਕਰ ਰਹੇ ਆ ਵੀ ਇਹ ਕੋਈ ਸ਼ਹਿਰ ਦਾ ਜਾਂ ਜਗ੍ਹਾ ਦਾ ਨਹੀਂ ਹੁੰਦਾ ਵੀ ਉਹ ਮਾੜੀ ਹੋਵੇ ਕਿਉਂਕਿ ਚੰਗੇ ਮਾੜੇ ਇਨਸਾਨ ਤਾਂ ਉਹੀ ਗੱਲ ਆ ਵੀ ਹਰ ਕਿਤੇ ਹੁੰਦੇ ਨੇ ਤੇ ਜਿਵੇਂ ਜੇ ਆਪਾਂ ਕਹਿੰਨੇ ਕਿਉਂਕਿ ਇੱਕ ਤਾਂ ਨਾ ਜਿਹੜੇ ਗਾਣੇ ਨੇ ਉਹ ਚੰਡੀਗੜ੍ਹ ਦਾ ਪੱਖ ਹੀ ਦੂਜਾ ਦਿਖਾਇਆ ਵੀ ਚੰਡੀਗੜ੍ਹ ਤਾਂ ਸ਼ਾਇਦ ਉਹੀ ਚੀਜ਼ਾਂ ਹੁੰਦੀਆਂ ਉੱਥੇ ਲੜਾਈਆਂ ਹੀ ਹੁੰਦੀਆਂ ਨੇ ਜਾਂ ਹੋਰ ਜੋ ਵੀ ਪੇਸ਼ ਕਰਦੇ ਨੇ ਪਰ ਉਹੀ ਗੱਲ ਆ ਵੀ ਅਸੀਂ ਕਈ ਵਾਰ ਦੂਰੋਂ ਬੈਠੇ ਪਰਸੈਪਸ਼ਨ ਬਣਾ ਲੈਨੇ ਆ ਆਪਦੀ ਸਾਡਾ ਕੋਈ ਨਜ਼ਰੀਆ ਜੇ ਆਪਾਂ ਵੀ ਕ੍ਰੀਏਟ ਕਰ ਲੈਨੇ ਆ ਵੀ ਸ਼ਾਇਦ ਹੈ ਉੱਥੇ ਤਾਂ ਐਂ ਹੁੰਦਾ ਹੋਊਗਾ ਪਰ ਮੈਨੂੰ ਲੱਗਦਾ ਜਦੋਂ ਤੱਕ ਆਪਾਂ ਚੀਜ਼ ਨੂੰ ਆਪ ਆਪ ਦੇਖਿਆ ਨਾ ਹੋਵੇ ਜਾਂ ਆਪ ਹੰਡਾਇਆ ਨਾ ਹੋਵੇ ਹਨਾ ਸਤਾਪਨ ਉਹ ਵੀ ਰਹਿ ਉਸ ਲਈ ਚੰਗੀ ਜਾਂ ਮਾੜੀ ਕੋਈ ਵੀ ਨਹੀਂ ਬਣਾਉਣੀ ਚਾਹੀਦੀ ਕਿਉਂਕਿ ਜੇ ਉਹ ਉਹ ਪੱਖ ਦਿਖਾ ਰਿਹਾ ਵੀ ਇੱਥੇ ਤਾਂ ਲੋਕ ਜੀ ਲੜਦੇ ਹੀ ਨੇ ਗੇੜੀਆਂ ਹੀ ਮਾਰਦੇ ਨੇ ਹਨਾ ਤਾਂ ਫਿਰ ਇਹਦਾ ਉਹ ਪੱਖ ਵੀ ਆ ਜਿਹੜੇ ਬੱਚੇ ਨੂੰ ਆਪਾਂ ਲਾਇਬ੍ਰੇਰੀ ਚ 24 ਘੰਟੇ ਪੜਦੇ ਹੀ ਵੇਖਦੇ ਆ ਹਨਾ ਜਿਹੜੇ ਉੱਥੋਂ ਕੋਈ ਨਾ ਕੋਈ ਆਫੀਸਰ ਬਣਦਾ ਕੋਈ ਕੁਛ ਬਣਦਾ ਉੱਥੋਂ ਦਾ ਰੀਡਿੰਗ ਰੂਮ ਖਾਲੀ ਨਹੀਂ ਹੁੰਦਾ ਹੁੰਦਾ ਹੀ ਨਹੀਂ ਜਗ੍ਹਾ ਨਹੀਂ ਲੱਗਦੀ ਉੱਥੇ ਬਹਿਣ ਲਈ ਜਦੋਂ ਜਿਹੜੀ ਚੱਲਦੀ ਆ ਤੇ ਜਿਵੇਂ ਆਪਣੇ ਗਰਾਊਂਡ ਨਹੀਂ ਹੁੰਦੀ ਮਤਲਬ ਲਾਇਬ੍ਰੇਰੀ ਬੈਠਣ ਲਈ ਥੋੜੀ ਲੜਾਈ ਹੋ ਸਕਦੀ ਆ ਵੀ ਮੈਨੂੰ ਮੇਰੀ ਸੀਟ ਨਹੀਂ ਮਿਲ ਰਹੀ ਪੜਨ ਵਾਸਤੇ ਤੇ ਤੇ ਬਾਕੀ ਜਿਵੇਂ ਆਪਣੇ ਸਪੋਰਟਸ ਗਰਾਊਂਡ ਨੇ ਉਹ ਸਵੇਰੇ ਸ਼ਾਮ ਭਰੇ ਹੁੰਦੇ ਨੇ ਉਥੋਂ ਕਿੰਨੇ ਪਲੇਅਰ ਨੇ ਜਿਹੜੇ ਆਪਣੀਆਂ ਯੂਨੀਵਰਸਿਟੀਆਂ ਤੋਂ 올림픽 ਖੇਡ ਕੇ ਆਉਂਦੇ ਆ ਜਿਵੇਂ ਡੀਏਵੀ ਤੇ ਆਪਣੇ ਨੀਰਜ চোপੜਾ ਮਨੂ ਬਾਸਕਰ ਹੈ ਨਾ ਉਹ ਆਪਣੇ ਕਾਲਜ ਦੇ ਨੇ ਤਾਂ ਆਪਾਂ ਨੂੰ ਪ੍ਰਾਊਡ ਹੁੰਦਾ ਵੀ ਅਸੀਂ ਵੀ ਉੱਥੇ ਪੜੇ ਆ ਜਿੱਥੇ ਇਹ ਲੋਕ ਪੜੇ ਨੇ ਜਿਵੇਂ ਆਪਾਂ ਪੰਜਾਬ ਯੂਨੀਵਰਸਿਟੀ ਦੀ ਹੀ ਗੱਲ ਕਰ ਰਹੀ ਸੀ ਤਾਂ ਜਿਵੇਂ ਸਤਿੰਦਰ ਸਰਤਾਜ ਜੀ ਨੇ ਹੈ ਨਾ ਉਹ ਇੱਥੇ ਪੜੇ ਨੇ ਉਹਨਾਂ ਨੇ ਇੱਥੇ ਜੌਬ ਵੀ ਕੀਤੀ ਹੈ ਤੇ ਉਹ ਆਪਣੀ ਯੂਨੀਵਰਸਿਟੀ ਦੇ ਬ੍ਰਾਂਡ ਅੰਬੈਸਡਰ ਵੀ ਨੇ ਇਸ ਟਾਈਮ ਤੇ ਤਾਂ ਇਹ ਕਿੰਨੀ ਤੁਹਾਨੂੰ ਤੁਹੋੱਚ ਕੇ ਵਧੀਆ ਲੱਗਦਾ ਵੀ ਉਹ ਸ਼ਖਸੀਅਤਾਂ ਵੀ ਇੱਥੋਂ ਪਾਸ ਆਊਟ ਹੋਈਆਂ ਨੇ ਜਿੱਥੋਂ ਤੁਸੀਂ ਪੜ ਰਹੇ ਹੋ ਤਾਂ ਇਹ ਫਿਰ ਆਪਾਂ ਦੇਖਣਾ ਨਾ ਵੀ ਸਾਡੇ ਆਈਡਲ ਕੌਣ ਨੇ ਨਾਲੇ ਇੱਕ ਆਪਾਂ ਸ਼ਹਿਰ ਦੇ ਮਗਰ ਪੈਣਾ ਬਹੁਤ ਛੇਤੀ ਮਤਲਬ ਸਾਨੂੰ ਐਂ ਲੱਗਦਾ ਵੀ ਠੀਕ ਐ ਜੇ ਚੰਡੀਗੜ੍ਹ ਜਾਊਗਾ ਜਵਾਕ ਤਾਂ ਵਿਗੜ ਨਹੀਂ ਆਉਨੇ ਹਨਾ ਤੁਸੀਂ ਇਹ ਵੀ ਤਾਂ ਦੇਖੋ ਨਾ ਵੀ ਕੀ ਤੁਸੀਂ ਤਾਂ ਕੋਈ ਅਪਬ੍ਰਿੰਗਿੰਗ 'ਚ ਕਮੀ ਨਹੀਂ ਰੱਖ ਰਹੇ ਵੀ ਤੁਹਾਡਾ ਜਵਾਕ ਫਿਰ ਮਾੜੇ ਪਾਸੇ ਕਿਉਂ ਜਾ ਰਿਹਾ ਇੱਥੇ ਉਹ ਵੀ ਜਵਾਕ ਨੇ ਜਿਹੜੇ ਥੀਏਟਰ ਕਰਦੇ ਨੇ ਪੋਇਟਰੀ ਕੰਪੀਟੀਸ਼ਨ ਚ ਹਿੱਸਾ ਲੈਂਦੇ ਨੇ ਹਨਾ ਲਿਖਦੇ ਨੇ ਪੜ ਵੀ ਰਹੇ ਨੇ ਹਨਾ ਯੂਥ ਫੈਸਟੀਵਲ ਚ ਵੀ ਜਾ ਰਹੇ ਨੇ ਆਪਣੇ ਐਨਐਸਐਸ ਹੁੰਦਾ ਐਨਸੀਸੀ ਕੈਂਪ ਲਗਦੇ ਨੇ ਮਤਲਬ ਕਿੰਨਾ ਕੁਝ ਹੁੰਦਾ ਕਿੰਨਾ ਕੁਝ ਬਿਲਕੁਲ ਤੁਸੀਂ ਇਹ ਦੇਖੋ ਨਾ ਤੁਹਾਡੇ ਬੱਚੇ ਨੂੰ ਚੀਜ਼ਾਂ ਦਾ ਪਤਾ ਜਾਂ ਫਿਰ ਉਹ ਸਿਰਫ ਇਹੀ ਦੇਖ ਰਿਹਾ ਵੀ ਅੱਛਾ ਚੰਡੀਗੜ੍ਹ ਤਾਂ ਜੋ ਗਾਣਿਆਂ ਚ ਦਿਖਾਇਆ ਜਾ ਰਿਹਾ ਉਹ ਇਹਨੀਆਂ ਮਾਰਨੀਆਂ ਨੇ ਤਿਆਰ ਹੋਣਾ ਤੇ ਫਿਰ ਤੁਸੀਂ ਸਾਰਿਆਂ ਤੇ ਉਹ ਠੱਪਾ ਨਾ ਲਾਓ ਕਿਉਂਕਿ ਜਿਹੜੇ ਲੋਕਾਂ ਨੂੰ ਤੁਸੀਂ ਉਹ ਕਰਦੇ ਦੇਖਦੇ ਹੋ ਵੀ ਗੇੜੇ ਮਾਰਦੇ ਜਾਂ ਕੁਝ ਵੀ ਕੋਈ ਹੈ ਜ ਆ ਉਹ ਕਰਦੇ ਉਹਨਾਂ ਦੀ ਸੋਚ ਆ ਉਹ ਕੁਝ ਕੁ ਪਰਸੈਂਟ ਲੋਕਾਂ ਕਰ ਹੀ ਤੇ ਹੁੰਦੇ ਆ ਹਾਂ ਤੇ ਉਹ ਜਿਹੜੇ ਬਿਰਤੀ ਵਾਲੇ ਲੋਕ ਆ ਉਹ ਹਰ ਕਿਤੇ ਹੁੰਦੇ ਨੇ ਇਹ ਤਾਂ ਹੈ ਨਹੀਂ ਵੀ ਹੁਣ ਇੱਥੋਂ ਸਾਰੀ ਕੁਝ ਬਣ ਕੇ ਨਿਕਲਦੇ ਨੇ ਪਰ ਇਹ ਵੀ ਨਹੀਂ ਵੀ ਇੱਥੋਂ ਕੋਈ ਵੀ ਕੁਝ ਬਣ ਕੇ ਨਹੀਂ ਨਿਕਲਦਾ ਜਿਵੇਂ ਆਪਾਂ ਗੱਲ ਕਰਦੇ ਆ ਵੀ ਆਪਣੀ ਯੂਨੀਵਰਸਿਟੀ ਚ ਇਲੈਕਸ਼ਨਸ ਹੁੰਦੀਆਂ ਨੇ ਵੋਟਾਂ ਪੈਂਦੀਆਂ ਨੇ ਹੈਨਾ ਚਲੋ ਜੋ ਕਿਸੇ ਪਾਰਟੀ ਨੂੰ ਸਪੋਰਟ ਕਰਦਾ ਉਹਦਾ ਪਰਸਨਲ ਨਿੱਜੀ ਉਹਨਾਂ ਦੀ ਸੋਚ ਉਹ ਕਿਸੇ ਨੂੰ ਵੀ ਕਰ ਸਕਦੇ ਆ ਉਹ ਉਹਨਾਂ ਦਾ ਅਧਿਕਾਰ ਆ ਪਰ ਇਹਦੀ ਚਾਵੀ ਆ ਨਾ ਵੀ ਇਹ ਜਗਾਵਾਂ ਸਾਨੂੰ ਅੱਗੇ ਪੋਲੀਟੀਕਲ ਸਾਡਾ ਕੈਰੀਅਰ ਵੀ ਦੇ ਸਕਦੀਆਂ ਨੇ ਕਿਉਂਕਿ ਆਪਣੇ ਪੰਜਾਬ ਦੇ ਵੀ ਕਿੰਨੇ ਮੰਤਰੀ ਨੇ ਜਿਹੜੇ ਪੰਜਾਬ ਯੂਨੀਵਰਸਿਟੀ ਤੋਂ ਪੜ੍ਹ ਕੇ ਗਏ ਨੇ ਹਨਾ ਅੱਜ ਉਹ ਆਪ ਦਾ ਏਸੀ ਜਿਹੜੇ ਫੀਲਡ ਦੇ ਵਿੱਚ ਇੱਕ ਉਹਨਾਂ ਦਾ ਸੋਹਣਾ ਨਾਂ ਆ ਪੋਲੀਟੀਕਲ ਜਿਹੜਾ ਉਹਨਾਂ ਦਾ ਕੈਰੀਅਰ ਆ ਤੇ ਪਰ ਇਹਦੇ 'ਚ ਆ ਵੀ ਗੱਲ ਆ ਵੀ ਕਈ ਵਾਰੀ ਅਸੀਂ ਨਾ ਜਦੋਂ ਇੱਕ ਕਲਾਸ 'ਚ ਪੜ੍ਹਦੇ ਹੁੰਨੇ ਆ ਕਿਉਂਕਿ ਉੱਥੇ ਸਾਡੇ ਢੜੇ ਬਣ ਜਾਂਦੇ ਨੇ ਵੀ ਇਹ ਫਲਾਨੀ ਪਾਰਟੀ ਨੂੰ ਸਪੋਰਟ ਕਰਦਾ ਇਹ ਫਲਾਨੀ ਨੂੰ ਕਰਦਾ ਹਨਾ ਤਾਂ ਫਿਰ ਅਸੀਂ ਇੱਕ ਦੂਜੇ ਨੂੰ ਵੀ ਉਹ ਨਫ਼ਰਤ ਜਿਹੀ ਨਿਗਾਹ ਨਾਲ ਦੇਖਣ ਲੱਗ ਜੰਨੇ ਆ ਵੀ ਮੈਂ ਇਹਨੂੰ ਤਾਂ ਨਹੀਂ ਬੁਲਾਉਣਾ ਇਹ ਤਾਂ ਸਾਡੇ ਆਂਟੀ ਨੇ ਮੈਨੂੰ ਲੱਗਦਾ ਉਹ ਆਪਾਂ ਨਾ ਕਰੀਏ ਕਿਉਂਕਿ ਸਟੂਡੈਂਟ ਪਾਰਟੀਆਂ ਤੇ ਘਰੋਂ ਨਾ ਧਿਆਨ ਦਿਓ ਜਿਹੜੀਆਂ ਤੁਸੀਂ ਯੂਨੀਵਰਸਿਟੀ ਚੋਂ ਲੈ ਕੇ ਬਣਾਉਣੇ ਬਣਾਉਣੇ ਹੋ ਹਨਾ ਸਟੂਡੈਂਟਸ ਦੇ ਉਹਦੇ ਤੇ ਹੁੰਦੀਆਂ ਨੇ ਤੁਸੀਂ ਆਪ ਉਹਨਾਂ ਦਾ ਜਿੰਮਾ ਲੈਣੇ ਹੋ ਤੁਸੀਂ ਉਹ ਪੋਲੀਟੀਕਲ ਜਿਹੜੀ ਗੰਦੀ ਪੋਲੀਟਿਕਸ ਆ ਉਹ ਬਾਹਰ ਲੈਣੇ ਹਾਂ ਤਾਂ ਕਰਕੇ ਆਪਾਂ ਆਪਸ ਦੀਆਂ ਦੋਸਤੀਆਂ ਖਰਾਬ ਕਰ ਲੈਣੇ ਆ ਉਹ ਪਾਰਟੀ ਬਾਜੀ ਦੇ ਚੱਕਰਾਂ ਚੋਂ ਧੜਿਆਂ ਦੇ ਚੱਕਰਾਂ ਚ ਹੈਨਾ ਮੈਨੂੰ ਲੱਗਦਾ ਉਹ ਥੋੜਾ ਜਿਹਾ ਆਪਾਂ ਇਹ ਚੀਜ਼ਾਂ ਅਵੋਇਡ ਕਰ ਸਕਦੇ ਹਾਂ ਲੜਾਈਆਂ ਵੀ ਤਾਂ ਯੂਨੀਵਰਸਿਟੀ ਕਾਲਜਾਂ ਚ ਸਭ ਤੋਂ ਵੱਧ ਇਲੈਕਸ਼ਨਾਂ ਵੇਲੇ ਹੁੰਦੀਆਂ ਹੈ ਹੈਨਾ ਤਾਂ ਉਹ ਉਦੋਂ ਹੀ ਅਵੋਇਡ ਹੋਣਗੀਆਂ ਜਦੋਂ ਤੁਹਾਨੂੰ ਲੱਗੂਗਾ ਕਿ ਠੀਕ ਹੈ ਅਸੀਂ ਪੜਦੇ ਆ ਪੋਲੀਟੀਕਲੀ ਸਾਡੇ ਮਤਭੇਦ ਹੋ ਸਕਦੇ ਆ ਪਰ ਨਫਰਤ ਜਾਂ ਲੜਾਈ ਨਹੀਂ ਹੋ ਸਕਦੀ ਕਿਸੇ ਨਾਲ ਵੀ ਨਾਲੇ ਇੱਕ ਆਪਾਂ ਐ ਕਹਨੇ ਹੁੰਨੇ ਆ ਨਾ ਵੀ ਜਿਵੇਂ ਸਿੱਖਣ ਲਈ ਆਉਨੇ ਆ ਆਪਾਂ ਇੱਥੇ ਤਾਂ ਥੋੜਾ ਜਿਹੜਾ ਮਾਨਾ ਜਿਹੜਾ ਤੁਹਾਡਾ ਅੰਦਰ ਮਾਨਾ ਹਨਾ ਉਹਦੇ 'ਚ ਇੱਕ ਸਿੱਖਣ ਦੀ ਇੱਛਾ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਲੱਗਣਾ ਚਾਹੀਦਾ ਵੀ ਅਸੀਂ ਯੂਨੀਵਰਸਿਟੀ ਪੜਨ ਜਾ ਰਹੇ ਹਾਂ ਤਾਂ ਕੁਝ ਕੁਝ ਨਾ ਕੁਝ ਹਾਂ ਸਿੱਖ ਕੇ ਆਈਏ ਕਿਉਂਕਿ ਆਪਾਂ ਹਮੇਸ਼ਾ ਇਹ ਕਹਨੇ ਹੁੰਨੇ ਆ ਵੀ ਯੂਨੀਵਰਸਿਟੀ ਨੇ ਕਾਲਜ ਨੇ ਆਪਾਂ ਨੂੰ ਕੁਝ ਇਹੋ ਜਿਹੇ ਲੋਕਾਂ ਨਾਲ ਮਿਲਾਇਆ ਜਿਨ੍ਹਾਂ ਨਾਲ ਮਿਲਣ ਬਾਰੇ ਆਪਾਂ ਪਿੰਡ ਬੈਠੇ ਸੋਚ ਵੀ ਨਹੀਂ ਸੀ ਸਕਦੇ ਤੇ ਇੱਥੇ ਆਪਾਂ ਨੂੰ ਉਹਨਾਂ ਨਾਲ ਮਿਲਣਾ ਆਮ ਲੱਗਦਾ ਕਿਉਂਕਿ ਉਹੀ ਗੱਲ ਆ ਵੀ ਜਿਵੇਂ ਇੱਥੇ ਆਪਾਂ ਕਹਿੰਨਾ ਵੀ ਪਰੇ ਤੋਂ ਪਰੇ ਲੋਕ ਪਈ ਆ ਜਿਹੜੇ ਪੜਨ ਵਾਲੇ ਖੇਤੇ 'ਚ ਵੀ ਜਾਂ ਕਿਸੇ ਕਲਾ ਨਾਲ ਜੁੜੇ ਖੇਤੇ 'ਚ ਵੀ ਕਿਸੇ 'ਚ ਵੀ ਆਪਾਂ ਗੱਲ ਕਰ ਲਈਏ ਉਹ ਆਪਣੇ ਤੇ ਆ ਵੀ ਉਹਨਾਂ ਨੂੰ ਆਪਾਂ ਭਾਲਣਾ ਕਿਵੇਂ ਆ ਬਾਕੀ ਮੈਨੂੰ ਲੱਗਦਾ ਜਿਵੇਂ ਦੇ ਤੁਸੀਂ ਹੁੰਨੇ ਹੋ ਤੁਸੀਂ ਉਵੇਂ ਦੇ ਲੋਕਾਂ ਨੂੰ ਹੀ ਅਟਰੈਕਟ ਕਰਦੇ ਹੋ ਜਾਂ ਤੁਹਾਨੂੰ ਉਵੇਂ ਦੇ ਲੋਕ ਹੀ ਅਟਰੈਕਟ ਕਰਦੇ ਨੇ ਹਨਾ ਤੁਹਾਨੂੰ ਖਿੱਚ ਪਾਉਂਦੇ ਨੇ ਉਹੀ ਗੱਲ ਆ ਵੀ ਇੱਥੇ ਇਹ ਤਾਂ ਕਲਾ ਨਾਲ ਭਰੀਆਂ ਹੋਈਆਂ ਚੀਜ਼ਾਂ ਨੇ ਇਹ ਪੜ੍ਹਾਈ ਨਾਲ ਵੀ ਜਿਵੇਂ ਕਹਿੰਦੇ ਵੀ ਗੱਜ ਹੋਈਆਂ ਚੀਜ਼ਾਂ ਨੇ ਕਿਉਂਕਿ ਜਿਹਦਾ ਨਾਂ ਹੀ ਵਿਸ਼ਵ ਵਿਦਿਆਲਿਆ ਹ ਯੂਨੀਵਰਸਿਟੀ ਦਾ ਜਿਹੜਾ ਮਤਲਬ ਹੁੰਦਾ ਵੀ ਉੱਥੇ ਤੋਂ ਤੁਹਾਨੂੰ ਫਿਰ ਹਰ ਚੀਜ਼ ਮਿਲੂਗੀ ਹਰ ਰੰਗ ਜਿੰਦੀ ਹਰ ਰੰਗ ਮਿਲੂਗਾ ਤੁਹਾਨੂੰ ਜ਼ਿੰਦਗੀ ਦਾ ਹੈਨਾ ਤਾਂ ਉਹ ਤੁਸੀਂ ਦੇਖਣਾ ਵੀ ਅਸੀਂ ਕਿਹੜਾ ਰੰਗ ਸਾਨੂੰ ਪਸੰਦ ਆ ਸਾਡੇ ਕਿਹੜਾ ਰੰਗ ਸੋਹਣਾ ਲੱਗਦਾ ਨਾਲੇ ਆਪਾਂ ਜਦੋਂ ਹੁਣ ਸਾਰੇ ਜੇ ਕੋਈ ਸੁਣ ਰਿਹਾ ਹੋਇਆ ਉਹ ਕਹਿਣਗੇ ਸਟੂਡੈਂਟ ਸੈਂਟਰ ਤੇ ਆਉਨੇ ਆ ਹੈਨਾ ਆਪਾਂ ਜਦੋਂ ਸਟੂਡੈਂਟਸ ਤੁਸੀ ਦੀ ਗੱਲ ਕਰਦੇ ਆ ਤਾਂ ਉੱਥੇ ਆਪਾਂ ਕਈ ਔਰ ਕਿਰਦਾਰ ਭਾਲਦੇ ਹੁੰਨੇ ਆ ਜਿ theater ਵਾਲੇ ਜਵਾਕ ਤੁਰੇ ਫਿਰਦੇ ਹੁੰਦੇ ਆ ਨਾ ਆਪਾਂ ਨੂੰ ਲੱਗਦਾ ਹੁੰਦਾ ਕਿ ਇਹ ਆਪਦੇ ਆਪ 'ਚ ਕਿਰਦਾਰ ਨੇ ਮਤਲਬ ਉੱਥੇ ਇੱਕ ਸਿਨੇਮੇ ਦੀ ਬਹੁਤ ਸੋਹਣੀ ਚੀਜ਼ ਤੁਰ ਫਿਰ ਰਹੀ ਹੁੰਦੀ ਆ ਤਾਂ ਉਹ ਵੀ ਉਹਦਾ ਇੱਕ ਰੰਗ ਆ ਅੱਛਾ ਫੇਰ ਉੱਥੇ ਅੱਧੀ ਅੱਧੀ ਰਾਤ ਤੱਕ ਏਡੇ ਏਡੇ ਗਰੁੱਪ ਬਣ ਕੇ ਡਿਸਕਸ਼ਨਸ ਚੱਲਦੇ ਆਂ ਹੈਲਦੀ ਡਿਸਕਸ਼ਨਸ ਕਈ ਵਾਰ ਪੋਲਿਟਿਕਸ ਤੇ ਵੀ ਹੁੰਦੀ ਆ ਕਈ ਵਾਰ ਪੜਾਈ ਨੂੰ ਲੈ ਕੇ ਆਠਾ ਹਾਂ ਮਤਲਬ ਨੌਕਰੀਆਂ ਨੂੰ ਲੈ ਕੇ ਬੇਰੋਜ਼ਗਾਰੀ ਨੂੰ ਲੈ ਕੇ ਤੁਹਾਨੂੰ ਪਤਾ ਨਹੀਂ ਤੁਸੀਂ ਕਿਹੋ ਕਿਹੋ ਜਿਹੇ ਮੁੱਦੇ ਡਿਸਕਸ ਕਰ ਲੈਂਦੇ ਹੋਣਾ ਉਹ ਗੱਲ ਵਾਕਾ ਵੀ ਉਹ ਚੀਜ਼ਾਂ ਫਿਰ ਆਪਣੇ ਤੇ ਹਾਵੀ ਵੀ ਨਹੀਂ ਪੈਂਦੀਆਂ ਇਹ ਵੀ ਨਹੀਂ ਵੀ ਆਪਾਂ ਕਹਿ ਦਈਏ ਉੱਥੇ ਬਹਿ ਸੀ ਛਿੜ ਪੈਂਦੀ ਆ ਹੈਲਦੀ ਡਿਸਕਸ਼ਨਸ ਜ਼ਰੂਰੀ ਨੇ ਜਿਹੜੀਆਂ ਯੂਨੀਵਰਸਿਟੀ ਕਾਲਜਾਂ ਚ ਤੁਹਾਨੂੰ ਹੋਣੀਆਂ ਵੀ ਚਾਹੀਦੀਆਂ ਨੇ ਤੇ ਇਹ ਵੀ ਆ ਵੀ ਥੋੜਾ ਜਿਹਾ ਹੁਣੇ ਮਾਹੌਲ ਕਿਉਂ ਘਟਦਾ ਜਾ ਰਿਹਾ ਕਿਉਂਕਿ ਹਰ ਬੰਦੇ ਨੂੰ ਐ ਲੱਗਦਾ ਵੀ ਮੈਨੂੰ ਹੀ ਵੱਧ ਪਤਾ ਹੂੰ ਇੱਕ ਤਾਂ ਸੀ ਹਰ ਬੰਦਾ ਸੁਣਾਉਣਾ ਚਾਹੁੰਦਾ ਸੁਣਨਾ ਨਹੀਂ ਚਾਹੁੰਦਾ ਹੈਗਾ ਉਹਨੂੰ ਲੱਗਦਾ ਵੀ ਮੇਰੀ ਗੱਲ ਸੁਣੀ ਜਾਵੇ ਹੁਣ ਜਿਹੜਾ ਆਪਣੇ ਤੋਂ ਤਜਰਬੇ 'ਚ ਵੱਡਾ ਜਿਹਨੇ ਸਾਡੇ ਤੋਂ ਵੱਧ ਪੜਿਆ ਲਿਖਿਆ ਹੈ ਨਾ ਜਾਂ ਜਿਹੜੇ ਆਪਦੀ ਕਲਾ 'ਚ ਜਿਹੜਾ ਸਾਡੇ ਤੋਂ ਵੱਧ ਨਿਪੋਣਾ ਉਹ ਸਾਨੂੰ ਜੇ ਅਸੀਂ ਉਹਦੀ ਕੋਈ ਗੱਲ ਸੁਣਾਗੇ ਸਾਨੂੰ ਤਾਂ ਚਾਰ ਗੱਲਾਂ ਸਿੱਖਣ ਨਹੀਂ ਮਿਲਣਗੀਆਂ ਪਰ ਉਹਦੀ ਵੀ ਸਾਡੇ 'ਚ ਸੁਣਨ ਦੀ ਤੇ ਸਮਝਣ ਦੀ ਬਿਰਤੀ ਹੋਣੀ ਚਾਹੀਦੀ ਹੈ ਵੀ ਕਹਿੰਦੇ ਨੇ ਹੁੰਦੇ ਕਿਸੇ ਕੋਲ ਜਾਓ ਇਹ ਸੋਚ ਕੇ ਜਾਓ ਮੈਨੂੰ ਕੁਝ ਨਹੀਂ ਆਉਂਦਾ ਫਿਰ ਤੁਸੀਂ ਉਥੋਂ ਭਰ ਕੇ ਆਉਂਗੇ ਆਪ ਦਾ ਆਪ ਤੁਹਾਡਾ ਪਾਂਡਾ ਆਪਦਾ ਖਾਲੀ ਕਰਕੇ ਜਾਓ ਪਹਿਲਾਂ ਕਈ ਵਾਰ ਜਦੋਂ ਅਸੀਂ ਆਪਦਾ ਪਾਂਡਾ ਸਾਡਾ ਉਹ ਹੁੰਦਾ ਨਾ ਸੰਨਲਾਦਾ ਫਿਰ ਅਸੀਂ ਡੋਲ ਡੋਲ ਪਹਿਨੇ ਆ ਹਨਾ ਤਾਂ ਉਹ ਨਹੀਂ ਹੋਣਾ ਚਾਹੀਦਾ ਸਾਡੇ ਅੰਦਰ ਉਹ ਹੋਣੀ ਚਾਹੀਦੀ ਵੀ ਨਹੀਂ ਜੇ ਕਿਸੇ ਕੋਲ ਜਾ ਰਹੇ ਆ ਭਾਵੇਂ ਸਾਡਾ ਟੀਚਰ ਆ ਭਾਵੇਂ ਕੋਈ ਸੀਨੀਅਰ ਆ ਭਾਵੇਂ ਸਾਡਾ ਕੋਈ ਦੋਸਤ ਆ ਉਹ ਤੋਂ ਅਸੀਂ ਕੁਝ ਸਿੱਖਣਾ ਜਿਵੇਂ ਆਪਾਂ ਟੀਚਰ ਦੀ ਗੱਲ ਕੀਤੀ ਹੈ ਨਾ ਜਿਹੜੇ ਆਪਣੇ ਪ੍ਰੋਫੈਸਰ ਨੇ ਆਪਾਂ ਨੂੰ ਕਿੰਨੇ ਉਹ ਜੇ ਪ੍ਰੋਫੈਸਰ ਮਿਲਦੇ ਆ ਇਨ੍ਹਾਂ ਕਾਲਜਾਂ ਯੂਨੀਵਰਸਿਟੀਆਂ ਜੋ ਜਿਨ੍ਹਾਂ ਤੋਂ ਆਪਾਂ ਜ਼ਿੰਦਗੀ ਦੀਆਂ ਬੜੀਆਂ ਚੀਜ਼ਾਂ ਤੇ ਸਲਾਮਾਂ ਲੈਣੇ ਆ ਹੈਨਾ ਹੁਣ ਵੀ ਆਪਾਂ ਮਤਲਬ ਪਾਸ ਆਊਟ ਹੋ ਚੁੱਕੇ ਆ ਹਨਾ ਕਾਲਜ ਤੋਂ ਡੀਏਵੀ ਜਦੋਂ ਪੜਦੇ ਸੀ ਤਾਂ ਹਲੇ ਵੀ ਆਪਾਂ ਨੂੰ ਦਾ ਕੁਝ ਵੀ ਪੁੱਛਣਾ ਆਪਾਂ ਆਪਦੇ ਪ੍ਰੋਫੈਸਰ ਨੂੰ ਕਾਲ ਕਰਦੇ ਆ ਜਾਂ ਮੈਸੇਜ ਕਰਦੇ ਆ ਹਨਾ ਉਹਨਾਂ ਤੋਂ ਰਹਿ ਲੈਣੇ ਕਿਉਂਕਿ ਆਪਣਾ ਇੱਕ ਬੌਂਡ ਉਹਵੇਂ ਦਾ ਬਣ ਜਾਂਦਾ ਕਿਉਂ ਬਣਦਾ ਕਿਉਂਕਿ ਤੁਸੀਂ ਉਹਨਾਂ ਨੂੰ ਇੱਕ ਇੰਟਰਸਟ ਸ਼ੋਅ ਕੀਤਾ ਜ਼ਿੰਦਗੀ 'ਚ ਕੀਤਾ ਜਾਂ ਆਪਦੇ ਸੁਪਨਿਆਂ ਨੂੰ ਲੈ ਕੇ ਕੀਤਾ ਹਨਾ ਤੁਸੀਂ ਇੱਕ ਉੱਥੇ ਇੰਟਰਸਟ ਸ਼ੋਅ ਕੀਤਾਗਾ ਵੀ ਮੈਂ ਕੁਝ ਕਰਨਾ ਜ਼ਿੰਦਗੀ 'ਚ ਤੇ ਮੈਨੂੰ ਇਹਦੇ ਤੇ ਭਾਈ ਸਲਾਹ ਚਾਹੀਦੀ ਆ ਦੇਣ ਵਾਲਾ ਬੰਦਾ ਮੂਰੋ ਤਿਆਰ ਹੀ ਬੈਠਾ ਹੁੰਦਾ ਇਹ ਨਹੀਂ ਵੀ ਤੁਹਾਨੂੰ ਕੋਈ ਗਾਈਡ ਹੀ ਨਹੀਂ ਕਰੂਗਾ ਤੇ ਹਰ ਸਿਵ ਵਿੱਚ ਆ ਵੀ ਚੀਜ਼ ਆ ਵੀ ਕਈ ਵਾਰ ਹੁਣ ਆਪਣੇ ਜਿਵੇਂ ਆਪਾਂ ਵੀ ਇੱਥੇ ਪੜਦੇ ਆ ਹਨਾ ਇਹ ਨਹੀਂ ਵੀ ਆਪਾਂ ਬਹੁਤ ਕੁਝ ਕਰ ਲਿਆ ਪਰ ਚਲੋ ਜਿੰਨਾ ਕਿ ਵੀ ਹੈਗਾ ਆਪਾਂ ਨੂੰ ਤਾਂ ਵੀ ਕੁਝ ਤਾਂ ਸਿੱਖੀਏ ਕੁਝ ਤਾਂ ਕਰੀਏ ਤੇ ਪਰ ਮਾਪਿਓ ਆਪਣੇ ਤੇ ਵਿਸ਼ਵਾਸ ਕਰਕੇ ਆਪਾਂ ਨੂੰ ਭੇਜਦੇ ਆ ਉਹ ਆਪਦਾ ਪੈਸਾ ਵੀ ਸਾਡੇ ਤੇ ਲਾਉਂਦੇ ਨੇ ਹਨਾ ਸਾਨੂੰ ਘਰਾਂ ਤੋਂ ਦੂਰ ਵੀ ਭੇਜਦੇ ਨੇ ਪਰ ਕਈ ਵਾਰੀ ਅਸੀਂ ਆ ਜਿਹੜੇ ਸਾਡੇ ਇੰਨੇ ਸੋਹਣਾ ਸਮਾਂ ਉਹਨਾਂ ਨੇ ਸਾਨੂੰ ਦਿੱਤਾ ਹੁੰਦਾ ਅਸੀਂ ਇਹਨੂੰ ਖਰਾਬ ਕਰ ਦਿੰਨੇ ਆ ਅਸੀਂ ਕਿਸੇ ਪਾਸੇ ਵੀ ਨਹੀਂ ਲਾਉਂਦੇ ਇਹ ਨਹੀਂ ਹੈਗਾ ਵੀ ਤੁਸੀਂ ਪੜ੍ਹਾਈ ਸੀ ਕੁਝ ਕਰਕੇ ਅਫੀਸਰ ਬਣਨਾ ਉਹ ਤੁਹਾਡਾ ਪਰਸਨਲ ਆ ਤੁਹਾਨੂੰ ਉਹ ਪਾਸਾ ਚੰਗਾ ਲੱਗਦਾ ਤੁਸੀਂ ਉਹ ਫੀਲਡ ਚ ਜਾਣਾ ਤੁਸੀਂ ਰੱਜ ਕੇ ਪੜੋ ਤੁਸੀਂ ਜੇ ਕੋਈ ਆਰਟ ਵਾਲਾ ਪਾਸਾ ਚੰਗਾ ਲੱਗਦਾ ਤੁਸੀਂ ਫਿਰ ਉਹ ਤੇ ਆਪਦਾ ਇੱਕ ਮਤਲਬ ਇੱਕ ਮਨ ਹੋ ਕੇ ਹੈਣਾ ਸੱਚੀ ਇਮਾਨਦਾਰੀ ਨਾਲ ਉਹਤੇ ਆਪਦੀ ਕਿਰਤ ਕਰੋ ਪਰ ਕਈ ਵਾਰੀ ਅਸੀਂ ਕੁਝ ਵੀ ਨਹੀਂ ਕਰਦੇ ਜਿਵੇਂ ਅਸੀਂ ਨਾ ਦੂਜਿਆਂ ਦੇ ਪ੍ਰਭਾਵ ਹੇਠਾਂ ਕੀ ਇਹ ਸਮੇਂ ਨੂੰ ਖਰਾਬ ਕਰ ਦਿੰਨੇ ਆ ਕਈ ਵਾਰੀ ਅਸੀਂ ਜਿਹੜੇ ਇੱਥੇ ਚਲੋ ਆਪ ਪਹਿਲਾਂ ਵੀ ਗੱਲ ਕੀਤੀ ਆ ਵੀ ਜਿਹੜੇ ਜੋ ਆ ਕੋਈ ਗੱਡੀ ਤੇ ਆਉਂਦਾ ਕੋਈ ਵੱਡੇ ਘਰ ਤੋਂ ਹੈਗਾ ਜਵਾਕ ਹੈਣਾ ਜਿਹਦੇ ਕੋਲ ਚਾਰ ਪੈਸੇ ਵੱਧਦਾ ਅਸੀਂ ਉਹਨਾਂ ਵੱਲ ਦੇਖ ਦੇਖੀ ਝੁਰੀ ਜੰਨੇ ਆ ਉਹਨਾਂ ਦੀ ਆਪਦੀ ਲਾਈਫ ਆ ਹਾਂ ਉਹਨਾਂ ਨੂੰ ਉਹ ਚੀਜ਼ ਵੱਡੀ ਲੱਗ ਗਈ ਨਹੀਂ ਰਹੀ ਹੋਣੀ ਕਿਉਂਕਿ ਉਹਨਾਂ ਦਾ ਤਾਂ ਹੋ ਸਕਦਾ بزਨਸ ਸੈੱਟ ਹੋਣ ਉਹਨਾਂ ਦੇ ਕੋਲ ਇੰਨਾ ਹੋਵੇ ਵੀ ਉਹ ਉਹ ਚੀਜ਼ਾਂ ਫੋਰਡ ਕਰਦੇ ਆ ਬਿਲਕੁਲ ਤਾਂ ਉਹਨਾਂ ਦੇ ਪੇਰੈਂਟਸ ਨੇ ਹੋਰ ਟਾਈਮਾਂ ਚ ਮਿਹਨਤ ਕਰ ਲਈ ਹੋ ਉਹਨਾਂ ਦੇ ਵੀ ਕਿਸੇ ਵੱਡੇ ਵਡੇਰੇ ਨੇ ਮਿਹਨਤ ਕੀਤੀ ਹੋ ਨਾ ਕਿ ਤੋ ਤੋ ਚੀਜ਼ ਆਈ ਆ ਬਿਲਕੁਲ ਤਾਂ ਉਹਨਾਂ ਨੂੰ ਦੇਖ ਕੇ ਜਿਹੜੇ ਜਵਾਕ ਆਪ ਦਾ ਸਮਾਂ ਖਰਾਬ ਕਰ ਲੈਂਦੇ ਨੇ ਆਪਾਂ ਆਪਣੇ ਮਾਪ ਪਿਓ ਦੀਆਂ ਉਮੀਦਾਂ ਤੇ ਖਰੇ ਨਹੀਂ ਉੱਤਰਦੇ ਹਨਾ ਉਹਨਾਂ ਦੇ ਇਨਫਲੂਐਂਸ ਚਾ ਕਿ ਉਹਨਾਂ ਦੇ ਪ੍ਰਭਾਵ ਹੇਠਾਂ ਕਿ ਉਹ ਗਲਤ ਹੈ ਕਿਉਂਕਿ ਜੇ ਆਪਾਂ ਨੂੰ ਇੰਨੀ ਦੂਰ ਉਹਨਾਂ ਨੇ ਭੇਜਿਆ ਤਾਂ ਇਹ ਜੇ ਸਾਨੂੰ ਇਹ ਮੌਕੇ ਮਿਲੇ ਆ ਇੱਥੇ ਆ ਕੇ ਪੜਨ ਦੇ ਇੱਥੇ ਵਿਚਰਨ ਦੇ ਰਹਿਣ ਸਹਿਣ ਦੇ ਫਿਰ ਅਸੀਂ ਘੱਟੋ ਘੱਟ ਕੁਛ ਤਾਂ ਇੱਥੋਂ ਘਟ ਕੇ ਜਾਈਏ ਹਾਂ ਇੱਕ ਨਾ ਮੈਨੂੰ ਲੱਗਦਾ ਹੁੰਦਾ ਵੀ ਜਿਹੜੇ ਯੂਨੀਵਰਸਿਟੀ ਕਾਲਜ ਨੇ ਉਹਨਾਂ ਤੁਹਾਨੂੰ ਸੁਪਨੇ ਦੇਖਣੇ ਸਿਖਾਉਂਦੇ ਆ ਮਤਲਬ ਤੁਸੀਂ ਇੰਨਾ ਚ ਆ ਕੇ ਸੁਪਨੇ ਦੇਖਣ ਲੱਗਦੇ ਹੋ ਤੁਹਾਨੂੰ ਲੱਗਦਾ ਕਿ ਅੱਛਾ ਇੱਥੇ ਇਹ ਵੀ ਹੋ ਰਿਹਾ ਮੈਂ ਇਹਦਾ ਵੀ ਹਿੱਸਾ ਹੋ ਸਕਦੀ ਆ ਅੱਛਾ ਇੱਥੇ ਕੋਈ ਲਿਖਣ ਵਾਲਾ ਕੋਈ ਕਾਂਟੈਸਟ ਹੋ ਰਿਹਾ ਹੈ ਨਾ ਜਾਂ ਆਪਾਂ ਗਿੱਧਾ ਹੀ ਕਹਿ ਲਈਏ ਵੀ ਉਸ ਟੀਮ ਚ ਹੋਣਾ ਇਹ ਤਾਂ ਉਹਦਾ ਵੱਡੀ ਗੱਲ ਹੈ ਸਕੂਲ ਟਾਈਮ ਤੋਂ ਆਪਣੇ ਲਈ ਆਏ ਹੋਣ ਲੱਗ ਜਾਂਦਾ ਨਾ ਵੀ ਕਾਲਜ ਦੀ ਗਿੱਧਾ ਟੀਮ ਚ ਹੋਣਾ ਤੁਸੀਂ ਜਾਂ ਮੁੰਡਿਆਂ ਨੂੰ ਹੁੰਦਾ ਵੀ ਭੰਗੜੇ ਦੀ ਟੀਮ ਚ ਹੋਣੇ ਚਾਹੀਦੇ ਆ ਅਸੀਂ ਤਾਂ ਤੁਸੀਂ ਸੁਪਨੇ ਦੇਖਣ ਲੱਗ ਜਾਂਦੇ ਹੋ ਸੁਪਨੇ ਇਹ ਵੀ ਹੋ ਸਕਦੇ ਆ ਜਿਵੇਂ ਗੱਲ ਕੀਤੀ ਵੀ ਹੋ ਸਕਦਾ ਤੁਹਾਨੂੰ ਇੱਥੇ ਆ ਕੇ ਲੱਗ ਰਿਹਾ ਹੋਵੇ ਵੀ ਯੂਨੀਵਰਸਿਟੀ ਚ ਲਾਇਬ੍ਰੇਰੀ ਦੇ ਵਿੱਚ ਜਾ ਕੇ ਬਹਿ ਕੇ ਪੜਦੇ ਆ ਜੇ ਕੋਈ 8 ਘੰਟੇ ਪੜ ਰਿਹਾ ਮੈਂ ਵੀ ਤਾਂ ਪੜ ਸਕਦਾ ਮੈਂ ਵੀ ਅਫੀਸਰ ਬਣ ਸਕਦਾ ਮਤਲਬ ਤੁਹਾਨੂੰ ਸਕੂਲ ਪੜ੍ਹਦੇਆਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਵੀ ਆਫੀਸਰ ਬਣਨ ਦਾ ਰਾਹ ਕੀ ਆ ਕਿਉਂਕਿ ਆਪਾਂ ਕਿੰਨੀਆਂ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਪਤਾ ਹੀ ਨਹੀਂ ਸੀ 12ਵੀਂ ਕਲਾਸ ਤੱਕ ਵੀ ਆ ਵੀ ਕੋਈ ਚੀਜ਼ ਹੁੰਦੀ ਆ ਤੁਸੀਂ ਇੱਥੇ ਆਉਨੇ ਹੋ ਤੁਹਾਨੂੰ ਦੁਨੀਆ ਨੂੰ ਦੇਖਣ ਦਾ ਇੱਕ ਅਲੱਗ ਨਜ਼ਰੀਆ ਤੁਹਾਡਾ ਬਣਦਾ ਤੁਹਾਡਾ ਵਾਈਡ ਐਂਗਲ ਤੋਂ ਤੁਸੀਂ ਦੇਖਦੇ ਹੋ ਚੀਜ਼ਾਂ ਨੂੰ ਹਨਾ ਤੁਹਾਡੀ ਸੋਚ ਹੌਲੀ-ਹੌਲੀ ਗਰੋ ਕਰਦੀ ਆ ਤੇ ਫਿਰ ਜੇ ਆਪਾਂ ਪਰ ਇੱਥੇ ਆ ਕੇ ਵੀ ਆਪਦਾ ਵਿਜ਼ਨ ਵੱਡਾ ਨਾ ਕੀਤਾ ਵੀ ਸੋਚ ਵੱਡੀ ਨਾ ਕੀਤੀ ਆਪਾਂ ਆਪਦੇ ਆਪ ਤੇ ਕੰਮ ਨਾ ਕੀਤਾ ਫਿਰ ਸਾਡੇ ਤੇ ਲਾਨਤਾ ਫਿਰ ਅਸੀਂ ਇੱਥੇ ਆ ਕੇ ਕੁਝ ਨਹੀਂ ਸਿੱਖਿਆ ਮਤਲਬ ਇੱਥੋਂ ਅਸੀਂ ਘਟ ਕੁਛ ਤਾਂ ਇੱਥੋਂ ਘਟ ਕੇ ਜਾਈਏ ਜਿਵੇਂ ਆਪਾਂ ਗੱਲ ਕਰਦੇ ਸੀਗੇ ਵੀ ਇਹ 골ਡਨ ਪੀਰੀਅਡ ਹੁੰਦਾ ਇਹ ਦਿਨ ਹੈਨਾ ਜਦੋਂ ਆਪਾਂ ਇਹਨਾਂ ਚੋਂ ਨਿਕਲ ਜਾਾਂਗੇ ਆਪਦੀਆਂ ਕਬੀਲਦਾਰੀਆਂ ਚ ਪੈ ਜਾਾਂਗੇ ਤਾਂ ਹਰ ਬੰਦਾ ਕੋਈ ਜਿੱਥੇ ਵੀ ਪੜਿਆ ਉਹ ਆਪਦੇ ਕਾਲਜ ਵਾਲੇ ਜਿਹੜੇ ਉਹਨਾਂ ਦੇ ਨਾਲ ਪੜੇ ਹੁੰਦੇ ਨੇ ਉਹ ਚੀਜ਼ਾਂ ਨੂੰ ਉਹ ਸਮੇਂ ਨੂੰ ਸਾਰੇ ਯਾਦ ਕਰਦੇ ਨੇ ਵੀ ਉਦੋਂ ਆਏ ਹੁੰਦਾ ਸੀ ਉਦੋਂ ਆਏ ਹੁੰਦਾ ਸੀ ਉਹੀ ਜੇ ਆਪਣੇ ਕੋਲ ਚੰਗੀਆਂ ਯਾਦਾਂ ਹੋਣਗੀਆਂ ਤਾਂ ਸੋਚ ਕੇ ਆਪਾਂ ਹੱਸ ਲਾਂਗੇ ਹੈਨਾ ਜਾਂ ਆਪਦੇ ਉਹਦੀ ਕਿਸੇ ਦੋਸਤ ਮਿੱਤਰ ਨੂੰ ਫੋਨ ਕਰਾਂਗੇ ਵੀ ਤੈਨੂੰ ਫਲਾਨੀ ਗੱਲ ਯਾਦ ਆ ਪਰ ਜੇ ਆਪਣੇ ਕੋਲ ਕੁਝ ਚੱਜ ਦਾ ਐਕਸਪੀਰੀਅੰਸ ਹੀ ਨਹੀਂ ਹੋਊਗਾ ਜਾਂ ਤੁਸੀਂ ਜਿਵੇਂ ਤੁਸੀਂ ਪਹਿਲਾਂ ਕਿਹਾ ਵੀ ਤੁਸੀਂ ਕੋਈ ਚੰਗਾ ਇਥੋਂ ਲੋਕ ਖੱਟ ਇਹਨੀ ਆਪਦੀ ਜ਼ਿੰਦਗੀ ਚ ਤਾਂ ਤੁਸੀਂ ਕੀ ਯਾਦ ਕਰੋਗੇ ਕਿ ਲਾਤਾਂ ਨਹੀਂ ਨਾ ਵੀ ਮੈਂ ਉੱਥੇ ਗੇੜੇ ਮਾਰਦਾ ਹੁੰਦਾ ਸੀ ਮਤਲਬ ਕੁਛ ਤਾਂ ਥੋੜੇ ਜਿਲੇ ਨਾ ਕਰੋਗੇ ਇਸ 5 6 ਸਾਲਾਂ ਦੀ ਗੱਲ ਕਰਨ ਲਈ ਤੁਹਾਡੀ ਜ਼ਿੰਦਗੀ ਵਿੱਚ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਉਸ ਸਮੇਂ ਤੁਹਾਡੇ ਨਾਲ ਸੀ ਨਾਲ ਸੀ ਜਿਨੇ ਤੁਹਾਨੂੰ ਵਿਟਨੈਸ ਕੀਤਾ ਜਿਨੇ ਤੁਹਾਨੂੰ ਗਰੋ ਹੁੰਦਿਆਂ ਦੇਖਿਆ ਹਨਾ ਆਹ 5 6 ਸਾਲਾਂ ਚ ਆਪਾਂ ਬਹੁਤ ਗਰੋ ਕਰਦੇ ਆਂ ਅਸਲ ਆਪਣੀ ਗਰੋਇੰਗ ਏਜ ਇਹੀ ਆ ਵੀ ਜਦ ਤੁਸੀਂ ਬਚਪਨੇ ਤੋਂ ਜਵਾਨੀ ਵੱਲ ਨੂੰ ਜਾਂਦੇ ਹੋ ਹਨਾ ਉਦੋਂ ਤੁਹਾਡਾ ਮਤਲਬ ਜਿਹੜਾ ਦੋਸਤ ਨਾਲ ਆ ਉਹਨੇ ਦੇਖਣਾ ਇਹ ਕਿਹੜੇ ਪੜਾਤੇ ਸੀ ਫਿਰ ਇਹ ਕਿਵੇਂ ਆ ਗਿਆ ਫਿਰ ਇਹ ਕਿਵੇਂ ਆ ਗਿਆ ਤਾਂ ਤੁਸੀਂ ਯੂਨੀਵਰਸਿਟੀ ਦੇ ਦੇਣਾ ਕਾਲਜ ਦੇ ਦੇਣਾ ਉਹ ਚੀਜ਼ਾਂ ਆਲਾ ਦਵਾਲਾ ਦੇਖ ਕੇ ਤੁਸੀਂ ਕੱਪੜੇ ਪਾਉਣ ਦਾ ਢੰਗ ਸਿੱਖਦੇ ਹੋ ਹਨਾ ਜਾਂ ਰਹਿਣਾ ਸੈਣਾ ਸਿੱਖਦੇ ਹੋ ਹਾਂ ਜਿਵੇਂ ਹੁਣ ਸਾਡੀ ਪੜ੍ਹਾਈ ਦਾ ਕੱਲਾ ਮਤਲਬ ਇਹ ਨਹੀਂ ਵੀ ਆਪਾਂ ਟੀਚਾ ਮਿਥ ਲਈਏ ਵੀ ਹੁਣ ਮੇਰੀ ਗ੍ਰੈਜੂਏਸ਼ਨ ਹੋਗੀ ਮਾਸਟਰਸ ਹੋਗੀ ਹੁਣ ਮੇਰੇ ਮਤਲਬ ਮੈਂ ਸਿਰਫ ਨੌਕਰੀ ਕਰਨੀ ਹੈ ਕਈ ਵਾਰ ਆਪਾਂ ਸਿਰਫ ਨੌਕਰੀ ਲਈ ਪੜਦੇ ਰਹਿੰਨੇ ਆ ਸਿੱਖ ਹੀ ਨਹੀਂ ਰਹੇ ਅਸੀਂ ਉਸ ਟਾਈਮ 'ਚ ਕੁਝ ਵੀ ਹੈਨਾ ਤਾਂ ਮੈਨੂੰ ਲੱਗਦਾ ਵੀ ਮਾਂ ਪਿਓ ਦਾ ਵੀ ਤੇ ਬੱਚਿਆਂ ਦਾ ਵੀ ਪੂਰਾ ਫੋਕਸ ਸਿਰਫ ਨੌਕਰੀ ਨਹੀਂ ਹੋਣਾ ਚਾਹੀਦਾ ਰੋਜ਼ਗਾਰ ਕਿਸੇ ਵੀ ਤਰੀਕੇ ਨਾਲ ਤੁਹਾਡੇ ਕੋਲ ਹੋ ਸਕਦਾ ਹੋ ਸਕਦਾ ਤੁਸੀਂ ਆਪਦਾ ਕੋਈ ਕਿੱਤਾ ਸ਼ੁਰੂ ਕਰ ਲਓ ਹੋ ਸਕਦਾ ਤੁਹਾਡਾ ਬੱਚਾ ਪੜ ਕੇ ਖੇਤੀ ਉਸ ਰੰਗ ਨਾਲ ਕਰਨ ਲੱਗ ਜੇ ਜਿਹਦੀ ਆਉਣ ਵਾਲੇ ਸਮੇਂ ਚ ਲੋੜ ਆ ਜਿਹਦੀ ਮੰਗ ਆ ਹੋ ਸਕਦਾ ਤੁਸੀਂ ਕੋਈ ਆਪਦਾ ਪੁਰਾਣਾ ਬਿਜ਼ਨਸ ਜਿਹੜਾ ਛੋਟਾ ਕਰ ਰਹੇ ਹੋ ਉਹਨੂੰ ਤੁਹਾਡਾ ਬੱਚਾ ਪੜ ਕੇ ਵੱਡਾ ਕਰ ਲੇ ਖੇਡਾਂ ਚ ਵੀ ਨਿਕਲ ਸਕਦਾ ਹੈ ਨਾ ਜਾਂ ਹੋਰ ਕੋਈ ਹੁਣ ਐਂਟਰਟੇਨਮੈਂਟ ਇੰਡਸਟਰੀ ਆ ਇਧਰ ਵੀ ਜਾ ਸਕਦਾ ਕਿਉਂਕਿ ਯੂਨੀਵਰਸਿਟੀਆਂ ਕਾਲਜਾਂ ਚੋਂ ਆਪਣੇ ਕੋਲ ਕਿੰਨੀਆਂ ਹੀ ਅਣਗਿਣਤ ਐਗਜ਼ਾਮਪਲ ਆ ਉਦਾਹਰਨਾਂ ਨੇ ਜਿਹੜੇ ਲੋਕ ਕਲਾਕਾਰੀ ਦੇ ਖੇਤਰ ਚ ਅੱਗੇ ਗਏ ਨੇ ਜਿਹੜੇ ਪੋਲੀਟੀਕਲ ਕਰੀਅਰ ਚ ਅੱਗੇ ਗਏ ਨੇ ਜਿਹੜੇ ਖੇਡਾਂ ਦੇ ਖੇਤਰ ਚ ਅੱਗੇ ਗਏ ਨੇ ਤੇ ਆਫੀਸਰ ਕਿੰਨੇ ਬਣੇ ਨੇ ਤਾਂ ਕੱਲਾ ਵੀ ਉਹੀ ਤੇ ਆ ਵੀ ਗੱਲ ਆ ਵੀ ਕੱਲੀ ਪੜ੍ਹਾਈ ਦਾ ਮਤਲਬ ਇਹ ਨਹੀਂ ਵੀ ਤੁਸੀਂ ਪੜ੍ਹ ਲਈ ਨੌਕਰੀ ਲੈ ਲਈ ਤਾਂ ਮੈਂ ਬਹੁਤ ਪੜਿਆ ਲਿਖਿਆ ਮੈਨੂੰ ਲੱਗਦਾ ਪੜ੍ਹਨ ਦਾ ਮਤਲਬ ਤੁਸੀਂ ਬੇਸਿਕ ਚੀਜ਼ਾਂ ਵੀ ਤਾਂ ਸਿੱਖਣੀਆਂ ਹੁੰਦੀਆਂ ਨੇ ਨਾ ਇੱਥੇ ਆ ਕੇ ਜਿਵੇਂ ਆਪਾਂ ਕਿਹਾ ਰਹਿਣਾ ਸਹਿਣਾ ਸਿੱਖਣਾ ਤੁਸੀਂ ਕਿਸੇ ਨੂੰ ਬੁਲਾਉਣਾ ਸਿੱਖਣਾ ਇੱਜ਼ਤ ਮਾਨ ਨਾਲ ਕਿਸੇ ਨੂੰ ਬੋਲ ਚਾਲ ਹਨਾ ਤੁਸੀਂ ਕਿਵੇਂ ਬੋਲਣਾ ਤੁਸੀਂ ਕਿਹੜੀ ਗੱਲ ਤੇ ਕਿਵੇਂ ਰਿਐਕਟ ਕਰਨਾ ਤੁਸੀਂ ਚਾਰ ਬੰਦਿਆਂ ਚ ਬੈਠੇ ਹੋ ਪਤਾ ਲੱਗਣਾ ਚਾਹੀਦਾ ਵੀ ਭਾਈ ਜੁਆਕ ਪੜਿਆ ਲਿਖਿਆ ਤੁਹਾਡੀ ਐਜੂਕੇਸ਼ਨ ਉੱਥੇ ਬੋਲਣੀ ਚਾਹੀਦੀ ਹੈ ਕੱਲ ਇਹ ਤਾਂ ਹੈ ਨਹੀਂ ਵੀ ਮੈਂ ਬਾਅਦ ਡਿਗਰੀ ਕੀ ਦੀ ਆ ਡਿਗਰੀ ਕੀਤੀ ਆ ਕਹਿੰਦਾ ਪੜ੍ਹਨ ਦਾ ਮਤਲਬ ਇਹ ਤਾਂ ਨਹੀਂ ਨਾ ਹੁੰਦਾ ਪੜ੍ਹਨ ਦਾ ਮਤਲਬ ਸਾਰਾ ਕੁਝ ਹੁੰਦਾ ਜਿਵੇਂ ਆਪਾਂ ਪਹਿਲਾਂ ਸਾਰੀਆਂ ਗੱਲਾਂ ਕੀਤੀਆਂ ਵੀ ਇੱਥੇ ਅੱਗੇ ਆਪਾਂ ਐਡਜਸਟਮੈਂਟ ਸਿੱਖਦੇ ਆ ਰਹਿਣਾ ਸਿੱਖਦੇ ਆ ਕਿਸੇ ਨਾਲ ਵੰਡ ਕੇ ਚੀਜ਼ਾਂ ਖਾਣੀਆਂ ਸਿੱਖਦੇ ਆ ਆ ਸਾਰੀਆਂ ਵੀ ਐਜੂਕੇਸ਼ਨ ਦੇ ਵਿੱਚ ਹੀ ਆਉਂਦੀਆਂ ਨੇ ਇਹ ਵੀ ਸਾਡੀ ਪੜ੍ਹਾਈ ਦਾ ਲਰਨਿੰਗ ਦਾ ਇੱਕ ਪਾਰਟ ਨੇ ਨਾਲੇ ਕੱਲਾ ਅਫਸਰ ਲੱਗਣਾ ਜ਼ਰੂਰੀ ਨਹੀਂ ਹੈਗਾ ਤੁਸੀਂ ਡਾਇਰੈਕਟਰ ਬਣ ਜਾਓ ਤੁਸੀਂ ਸਕ੍ਰਿਪਟ ਰਾਈਟਰ ਬਣ ਜਾਓ ਤੁਸੀਂ ਸਿੰਗਰ ਬਣ ਜਾਓ ਹਨਾ ਤੁਸੀਂ ਉਹੀ ਗੱਲ ਵੀ ਖੇਤੀ ਵੀ ਕਰ ਲੋ ਪਰ ਪੜ ਲੋ ਜਿਹੜੀ ਬੇਸਿਕ ਐਜੂਕੇਸ਼ਨ ਆ ਉਹ ਜ਼ਰੂਰ ਲੋ ਇੱਕ ਐਕਸਪੋਜ਼ਰ ਜ਼ਰੂਰ ਲੋ ਵੀ ਮੈਂ ਯੂਨੀਵਰਸਿਟੀ ਕਾਲਜ ਚ ਕਦੇ ਗਈ ਆ ਜਾਂ ਮੈਂ ਗਿਆ ਆਪਣੇ ਕਹਿ ਦਿੰਦੇ ਆ ਹੁਣ ਤਾਂ ਚਲੋ ਹਟ ਗਏ ਕਹਿਣੋ ਪਹਿਲਾਂ ਬਹੁਤ ਕਹਿੰਦੇ ਹੁੰਦੇ ਸੀ ਵੀ ਲੈ ਕੁੜੀ ਨੂੰ ਇੰਨਾ ਪੜਾ ਕੇ ਕੀ ਕਰਨਾ ਸੀ ਕਿਹੜਾ ਨੌਕਰੀ ਕਰਾਉਣੀ ਆ ਸੋ ਨੌਕਰੀ ਨਾ ਕਰਾਇਓ ਜੇ ਤੁਹਾਨੂੰ ਐਂ ਲੱਗਦਾ ਵੀ ਕੱਲ ਨੂੰ ਜਿਹੜੀ ਸਾਡੇ ਘਰੇ ਵੀ ਪਰਸਨਲ ਨਿੱਜੀ ਚੁਆਇਸ ਆ ਹਾਂ ਵੀ ਉਹ ਚੀਜ਼ ਤੁਸੀਂ ਨਾ ਕਰਾਇਓ ਪਰ ਉਹਨੂੰ ਘੱਟੋ ਘੱਟ ਦੁਨੀਆਦਾਰੀ ਦੇਖਣ ਤਾਂ ਦਿਓ ਖਰ ਸੰਭਾਲਣਾ ਵੀ ਤਾਂ ਉਥੋਂ ਹੀ ਸਿੱਖੂਗੀ ਨਾ ਜਿਵੇਂ ਹੁਣ ਆਪਾਂ ਕਿਹਾ ਵੀ ਹੌਸਟਲ ਚੋਂ ਸਿੱਖਦੇ ਹਾਂ ਫਿਰ ਉਹ ਸਿੱਖੇ ਹੀ ਰਹੇ ਆ ਨਾ ਇੱਥੇ ਵੀ ਇੱਥੇ ਵੀ ਤੁਸੀਂ ਉਹ ਸਾਰੀਆਂ ਚੀਜ਼ਾਂ ਸਿੱਖ ਰਹੇ ਹੋ ਜੋ ਬੇਸਿਕ ਨੀਡਸ ਆ ਤੁਹਾਡੀਆਂ ਜਿਹਦੇ ਨਾਲ ਜ਼ਿੰਦਗੀ ਔਖੀ ਆ ਤੇ ਤੁਸੇ ਤੁਹਾਨੂੰ ਨਾ ਆਉਂਦੀਆਂ ਹੋਣ ਕਈ ਵਾਰੀ ਅਸੀਂ ਉਹੀ ਵੀ ਖੂ ਦੇ ਡੱਡੂ ਬਣ ਕੇ ਰਹਿ ਜਾਂਦੇ ਆ ساری ਜ਼ਿੰਦਗੀ ਹਨਾ ਕੁਝ ਐਵੇਂ ਦੀ ਚੀਜ਼ ਸਾਡੇ ਅੱਲੇ ਪੱਲੇ ਹੁੰਦੀ ਨਹੀਂ ਵੀ ਅਸੀਂ ਉਹਦਾ ਕੋਈ ਅੱਗੇ ਜਾ ਕੇ ਕਿਸੇ ਜੋਗਗੇ ਹੋ ਸਕੀਏ ਚਾਰ ਪੈਸੇ ਕਮਾਉਣ ਜੋਗਗੇ ਹੋ ਸਕੀਏ ਜਾਂ ਜਿਹੜੇ ਚਾਰ ਪੈਸੇ ਘਰੇ ਆ ਰਹੇ ਹਨ ਨੂੰ ਸਾਂਭਣ ਜੋਗਗੇ ਹੋ ਸਕਦੇ ਹਾਂ ਤੇ ਤੁਹਾਡੇ ਕੋਲ ਨਾ ਰਿਗਰੈਟ ਨਹੀਂ ਹੋਣਾ ਚਾਹੀਦਾ ਮਤਲਬ ਜੇ ਆਪਾਂ ਨੂੰ ਇਹ ਮੌਕੇ ਵੀ ਮਿਲੇ ਆ ਤਾਂ ਫੇਰ ਵੀ ਤੁਸੀਂ ਕਿ ਰਿਗਰੈਟ ਚ ਰਹੋ ਜੇ ਮੈਂ ਉਦੋਂ ਆਏ ਕਰ ਲੈਂਦਾ ਜੇ ਮੈਂ ਆ ਚੀਜ਼ ਸਪਾਰਟਿਸਪੇਟ ਕਰ ਲੈਂਦਾ ਔਸਮੇਤੇ ਮੈਂ ਆਏ ਕਰ ਲੈਂਦਾ ਬਹੁਤ سارے ਲੋਕ ਮੇਨਾਂ ਦਾ ਚਲੋ ਉਹ ਪੈਸੇ ਵੀ ਕਮਾ ਲੈਂਦੇ ਆ ਉਹ ਕਿਸੇ ਕਿੱਤੇ ਵੀ ਲੱਗ ਜਾਂਦੇ ਨੇ ਪਰ ਉਹਨਾਂ ਨੂੰ ਇੱਕ ਰਿਗਰਟ ਰਹਿ ਜਾਂਦਾ ਮਨ 'ਚ ਵੀ ਮੈਂ ਉਦੋਂ ਆ ਨਹੀਂ ਕੀਤਾ ਜਾਂ ਮੈਂ ਉਦੋਂ ਉਹ ਚੀਜ਼ ਨਹੀਂ ਕੀਤੀ ਹੈਗੀ ਤਾਂ ਵੀ ਇਹੀ ਆ ਕਿਉਂਕਿ ਇਹ ਉਹ ਸਮਾਂ ਜਦੋਂ ਅਸੀਂ ਇੰਜੋਏ ਵੀ ਕਰਨਾ ਹੈ ਪੜ੍ਹਨਾ ਵੀ ਹੈ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਅਸੀਂ ਕਰਨਾ ਕੀ ਹੈ ਜ਼ਿੰਦਗੀ 'ਚ ਹਨਾ ਹੌਲੀ-ਹੌਲੀ ਤੁਹਾਨੂੰ ਤੁਹਾਡਾ ਇਹ ਪਤਾ ਲੱਗਦਾ ਵੀ ਮੇਰਾ ਟੀਚਾ ਕੀ ਹੈ ਜਾਂ ਤੁਹਾਨੂੰ ਇਹ ਪਤਾ ਲੱਗਣ ਲੱਗ ਜਾਂਦਾ ਵੀ ਤਿੰਨ ਚਾਰ ਸਾਲ ਪੜ੍ਹ ਕੇ ਘੱਟੋ-ਘੱਟ ਵੀ ਮੇਰਾ ਇੰਟਰਸਟ ਕਿੱਧਰ ਨੂੰ ਬਣ ਰਿਹਾ ਹੈ ਮੈਨੂੰ ਕਿਹੜੀ ਚੀਜ਼ ਹੈ ਕਿਹੜਾ ਸਬਜੈਕਟ ਮੈਨੂੰ ਵਧੀਆ ਲੱਗ ਰਿਹਾ ਹੈ ਕਿਹੜੀ ਚੀਜ਼ ਵੱਲ ਮੈਂ ਵਾਧਾ ਦਾ ਇਨਪੁਟ ਦੇ ਸਕਦਾ ਤਾਂ ਵੀ ਉਹੀ ਗੱਲ ਆ ਤੁਸੀਂ ਜੋ ਵੀ ਕਰੋ ਪਰ ਆਪ ਦੇ 100% ਦਿਓ ਦੇਚ ਆਪ ਦਾ ਮਨ ਤੁਹਾਡਾ ਪੂਰਾ ਹੋਣਾ ਚਾਹੀਦਾ ਤੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਇਹੀ ਚੀਜ਼ ਸੀ ਯਾਰ ਜੋ ਮੈਂ ਕਰ ਸਕਦਾ ਸੀ ਕਈ ਵਾਰੀ ਅਸੀਂ ਨਾ ਕੋਈ ਗਲਤ profession ਚੂਜ਼ ਕਰ ਲੈਨੇ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਲੀਅਰ ਹੀ ਨਹੀਂ ਹੋ ਪਾਉਂਦੇ ਵੀ ਮੇਰਾ ਇੰਟਰਸਟ ਕਾਦੇ ਸੀਗਾ ਇਹ ਜਿਵੇਂ ਆਪਾਂ ਨੂੰ ਨਹੀਂ ਕਈ ਲੋਕ ਕਹ ਦਿੰਦੇ ਹੁੰਦੇ ਵੀ ਤੁਸੀਂ ਉਹਦੇ 'ਚ ਵੀ ਪਾਰਟਿਸਿਪੇਟ ਕਰਦੇ ਸੀ ਉਹਦੇ 'ਚ ਵੀ ਕਰਦੇ ਸੀ ਪਤਾ ਸਾਡਾ ਵੀ ਜੀ ਕਰਦਾ ਸੀ ਪਰ ਅਸੀਂ ਕੀਤਾ ਨਹੀਂ ਕਈਆਂ ਸੀ ਸੰਗ ਦੇ ਰਹਿ ਜੰਨੇ ਆ ਸਗੋਂ ਐਵੇਂ ਦੇ ਲੋਕਾਂ ਨੂੰ ਸੁਣ ਕੇ ਆਪਾਂ ਨੂੰ ਦੁੱਖ ਹੋਣ ਲੱਗ ਜਾਂਦਾ ਵੀ ਫਿਰ ਕਿਉਂ ਨਹੀਂ ਕੀਤਾ ਕਰ ਲੈਣਾ ਚਾਹੀਦਾ ਸੀ ਕਿਉਂਕਿ ਆਹ ਸਟੇਜਾਂ ਨੇ ਨਾ ਜਿਹੜੀਆਂ ਯੂਨੀਵਰਸਿਟੀ ਦੀਆਂ ਸਟੇਜਾਂ ਕਾਲਜਾਂ ਦੀਆਂ ਸਟੇਜਾਂ ਮੇਨ ਲਾਓ ਦੇਖੋ ਇਹ ਤੁਹਾਡੀਆਂ ਜਿਹੜੀ ਆ ਥੋੜੇ-ਥੋੜੇ ਤੁਹਾਨੂੰ ਸੰਗ ਲੱਗਦੀ ਹੁੰਦੀ ਹੈ ਪਹਿਲਾਂ-ਪਹਿਲਾਂ ਕੌਨਫੀਡੈਂਸ ਨਹੀਂ ਹੁੰਦਾ ਸਾਡਾ ਕੌਨਫੀਡੈਂਸ ਵੀ ਇੱਥੋਂ ਬਣਦਾ ਹੈ ਇਹੀ ਤੁਹਾਡੇ ਚ ਬੈਲਟ ਕਰਦੀਆਂ ਨੇ ਹਨਾ ਕਿਉਂਕਿ ਆਪਾਂ ਸਕੂਲਾਂ ਚ ਚਲੋ ਕਈ ਬੱਚੇ ਤਾਂ ਉਦੋਂ ਵੀ ਕਾਸੀ ਨਾ ਕਾਸੀ ਚ ਲੱਗਦੇ ਰਹਿੰਦੇ ਨੇ 올 ਰਾਉਂਡਰ ਹੁੰਦੇ ਨੇ ਪਰ ਕਈ ਉਦੋਂ ਥੋੜੇ ਜਿਹਾ ਸ਼ਰਮੀਲੇ ਜਵਾਕ ਹੁੰਦੇ ਨੇ ਤਾਂ ਉਹ ਇੱਥੇ ਆ ਕਿ ਹੌਲੀ ਹੌਲੀ ਉਹਤੇ ਕੰਮ ਕਰਦੇ ਵੀ ਨਹੀਂ ਯਾਰ ਮੈਂ ਕਰ ਸਕਦਾ ਪਰ ਕਈ ਵਾਰੀ ਅਸੀਂ ਉਹ ਸੰਗ ਚ ਹੀ ਰਹਿ ਜਾਂਦੇ ਆ ਵੀ ਨਹੀਂ ਮੈਨੂੰ ਕੋਈ ਕੀ ਆਖੂਗਾ ਉਹੀ ਨਾ ਵੀ ਟਾਈਮ ਰਹਿੰਦੇ ਉਹ ਚੀਜ਼ਾਂ ਕਰ ਲਓ ਤਾਂ ਕਿ ਬਾਅਦ ਚ ਕੱਲਾ ਪਛਤਾਵਾ ਪੰਨੇ ਨਾ ਰਹੇ ਜੀ ਹਨਾ ਨਾਲੇ ਵੀ ਕੱਲ ਨੂੰ ਜੇ ਤੁਸੀਂ 10-12 ਸਾਲਾਂ ਤੋਂ ਕਦੇ ਉਸ ਸ਼ਹਿਰ ਉਸ ਯੂਨੀਵਰਸਿਟੀ ਕਾਲਜ ਦਾ ਗੇੜਾ ਮਾਰੋਂ ਤੁਹਾਡਾ ਇੱਥੇ ਆ ਕੇ ਤੁਹਾਡਾ ਦਿਲ ਨਾ ਘਟੇ ਵੀ ਉਦੋਂ ਮੈਂ ਆਹ ਕਰ ਸਕਦੀ ਸੀ ਜਾਂ ਮੈਂ ਆਹ ਕਰ ਸਕਦਾ ਸੀ ਪਰ ਮੈਂ ਸੰਗ ਚ ਹੀ ਰਹਿ ਗਿਆ ਜਾਂ ਮੈਂ ਆਪ ਦਾ ਪੀਅਰ ਪ੍ਰੈਸ਼ਰ ਲੈ ਲਿਆ ਮਤਲਬ ਆਪਦੇ ਦੋਸਤਾਂ ਦਾ ਤੁਸੀਂ ਐਡਾ ਕ ਪ੍ਰੈਸ਼ਰ ਲੈ ਲੈਣੇ ਹੋ ਸਕਦਾ ਉਹਨਾਂ ਦਾ ਉਹਦੇ ਚ ਇੰਟਰਸਟ ਨਾ ਹੋਵੇ ਹਾਂ ਤੁਹਾਡਾ ਤਾਂ ਹੈ ਨਾ ਤੁਸੀਂ ਆਪਦੀ ਇੰਡੀਵਿਜੂਅਲੀ ਜਿਹੜੀ ਪਰਸਨੈਲਿਟੀ ਆ ਉਹਦੇ ਤੇ ਵੀ ਤਾਂ ਕੰਮ ਕਰਦੇ ਹੋ ਨਾ ਇੱਥੇ ਤੁਸੀਂ ਇਹ ਨਾ ਦੇਖੋ ਵੀ ਮੇਰਾ ਸਰਕਲ ਮੇਰਾ ਦੋਸਤ ਆ ਜਿਹੜੇ ਉਹ ਗਰੁੱਪ ਆ ਉਹਦਾ ਕੀ ਇੰਟਰਸਟ ਆ ਤੁਸੀਂ ਪਹਿਲੇ ਦੇਖੋ ਵੀ ਮੇਰਾ ਕੀ ਆ ਮੈਂ ਕਰਨਾ ਕੀ ਆ ਤਾਂ ਕਿ ਜਦੋਂ ਤੁਸੀਂ ਕੱਲ ਨੂੰ ਆਓ ਤਾਂ ਤੁਹਾਡੇ ਮਨ ਚ ਕੋਈ ਕਿਸੇ ਤਰ੍ਹਾਂ ਦਾ ਪਛਤਾਵਾ ਨਾ ਹੋਵੇ ਵੀ ਮੈਂ ਪੜ ਲੈਂਦਾ ਮੈਂ ਕੁਝ ਕਰ ਲੈਣਦਾ ਹਨਾ ਕਿਸੇ ਵੀ ਪਾਸੇ ਨਿਕਲ ਜਾਂਦਾ ਕਿਉਂਕਿ ਕਿੰਨੇ ਲੋਕ ਦੇ ਹੁਣ ਵੀ ਆਪਣੀ ਯੂਨੀਵਰਸਿਟੀ ਚ ਕਿੰਨੇ ਵਿਆਹ ਹੋ ਜਾਂਦੇ ਨੇ ਉਹ ਫੇਰ ਵੀ ਆਉਂਦੇ ਆ ਹਨਾ ਤੇ ਉਹ ਕਿੰਨੇ ਵੀ ਖੁਸ਼ ਹੁੰਦੇ ਆ ਆਪਦੀਆਂ ਗੱਲਾਂ ਯਾਦ ਕਰਦੇ ਆ ਆਪਦਾ ਸਮਾਂ ਯਾਦ ਕਰਦੇ ਆ ਆਪਦੇ ਨਾਲ ਦਿਆਂ ਨੂੰ ਯਾਦ ਕਰਦੇ ਆ ਤੋਹੀ ਇਹ ਵੀ ਜਦੋਂ ਤੁਸੀਂ ਕਦੇ ਇਨਾਂ ਥਾਵਾਂ ਤੇ ਫੇਰ ਅਸੀਂ ਕਦੇ ਆਈਏ ਕਿ ਜਿੱਥੇ ਵੀ ਤੁਸੀਂ ਪੜਦੇ ਹੋ ਉਦੋਂ ਤੁਸੀਂ ਇੱਕ ਖੁਸ਼ੀ ਨਾਲ ਤੁਹਾਡੇ ਚਿਹਰੇ ਤੇ ਇੱਕ ਹਾਸੇ ਹੋਣੀ ਚਾਹੀਦੀ ਆ ਜਾਂ ਉਹ ਗੱਲਾਂ ਨੂੰ ਉਹ ਥਾਵਾਂ ਨੂੰ ਯਾਦ ਕਰਕੇ ਤੁਹਾਨੂੰ ਚੰਗਾ ਮਹਿਸੂਸ ਹੋਣਾ ਚਾਹੀਦਾ ਵੀ ਉਹ ਕਿੰਨੇ ਸੋਹਣੇ ਦਿਨ ਸੀਗੇ ਕਿਉਂਕਿ ਸਾਰਿਆਂ ਨੂੰ ਇਹ ਮੌਕਾ ਨਹੀਂ ਮਿਲਦਾ ਮਨਵੀਰ ਬਹੁਤ ਘੱਟ ਲੋਕ ਹੁੰਦੇ ਆ ਹੁਣ ਆਪਾਂ ਆਪਦੇ ਆਲੇ ਦੁਆਲੇ ਨੂੰ ਦੇਖੀਏ ਘਰਾਂ ਚੋਂ ਪਿੰਡਾਂ ਚੋਂ ਸ਼ਹਿਰਾਂ ਚੋਂ ਜਿੱਥੋਂ ਵੀ ਆਪਾਂ ਹੈਗੇ ਆ ਹਨਾ ਕਿੰਨੇ ਕਿ ਜਵਾਕ ਆਉਂਦੇ ਆ ਜਿਹੜੇ ਐ ਬਾਹਰ ਪੜਨ ਆਉਂਦੇ ਆ ਜਿਨ੍ਹਾਂ ਨੂੰ ਇਹ ਮੌਕੇ ਮਿਲਦੇ ਆ ਜਦੋਂ ਆਪਾਂ ਕਿਸੇ ਨੂੰ ਜਾ ਕੇ ਗੱਲਾਂ ਸੁਣਾਉਨੇ ਆ ਵੀ ਆਪਾਂ ਅਸੀਂ ਐ ਕਰਦੇ ਆ ਅਸੀਂ ਐ ਕਰਦੇ ਆ ਉਹਨਾਂ ਦੇ ਫੇਸ ਤੇ ਜਿਹੜਾ ਉਹ ਆਉਂਦਾ ਨਾ ਇੱਕ ਮਲਾਲ ਕਿਉਂਕਿ ਹਾਂ ਕਿੰਨੇ ਲੋਕਾਂ ਦਾ ਨਾ ਇੱਥੇ ਇੰਨਾ ਜਗ੍ਹਾ 'ਤੇ ਪੜਨ ਦਾ ਸੁਪਨਾ ਹੁੰਦਾ ਪਰ ਅਸੀਂ ਕਈ ਵਾਰ ਉਹ ਚੀਜ਼ਾਂ ਲਈ ਸ਼ੁਕਰਗੁਜ਼ਾਰ ਨਹੀਂ ਹੁੰਦੇ ਸਾਨੂੰ ਲੱਗਦਾ ਵੀ ਇਹ ਤਾਂ ਨਾਰਮਲ ਜੀ ਚੀਜ਼ ਆ ਪਰ ਹੋ ਸਕਦਾ ਕਿੰਨੇ ਲੋਕ ਆਏ ਸੋਚਦੇ ਹੁਣ ਵੀ ਮੈਂ ਉਹ ਕਾਲਜ 'ਚ ਪੜਾਂ ਚਲੋ ਕਈ ਵਾਰ ਸਾਡੀ ਘਰ ਦੇ ਹਾਲਾਤ ਐਵੇਂ ਦੇ ਹੁੰਦੇ ਨੇ ਵੀ ਸਾਨੂੰ ਉਹ ਇਜਾਜ਼ਤ ਨਹੀਂ ਦਿੰਦੇ ਹਨਾ ਉੱਥੇ ਜਾ ਕੇ ਪੜਨ ਦੀ ਤਾਂ ਉਹਨਾਂ ਦੇ ਵੀ ਉਹ ਚੀਜ਼ਾਂ ਵਿੱਚੇ ਰਹਿ ਜਾਂਦੀਆਂ ਪਰ ਜਿਹੜਿਆਂ ਨੂੰ ਮੌਕੇ ਮਿਲੇ ਆ ਉਹ ਉਸ ਮੌਕੇ ਦਾ ਸੋਨਾ ਫਾਇਦਾ ਹਾਂ ਵੀ ਜੇ ਭਾਈ ਆਏ ਹੋ ਤਾਂ ਲਾਹਾ ਖਟ ਕੀ ਜਾਏ ਉਹਨਾਂ ਹਨਾ ਵੀ ਬਾਅਦ ਤੁਹਾਨੂੰ ਆਏ ਨਾ ਲੱਗੇ ਤਾਂ ਉਹੀ ਗੱਲ ਆ ਵੀ ਜਿੱਥੇ ਵੀ ਤੁਸੀਂ ਪੜਦੇ ਹੋ ਜਾਂ ਤੁਸੀਂ ਪੜਦੇ ਸੀਗੇ ਹਨਾ ਕਿਉਂਕਿ ਬਹੁਤ ਸਾਰੇ ਜਿਹੜੇ ਸਾਨੂੰ ਦੇਖਦੇ ਹੋਣਗੇ ਉਹ ਵੀ ਆਪਦੇ ਆਪਦੇ ਸਮੇਂ 'ਚ ਕਾਲਜਾਂ ਯੂਨੀਵਰਸਿਟੀਆਂ 'ਚ ਪੜੇ ਹੋਣਗੇ ਤੇ ਉਹਨਾਂ ਦੇ ਵੀ ਹੋ ਸਕਦਾ ਥੋਡੇ ਵੀ ਫਰੈਂਡ ਸਰਕਲ ਦੇ ਵਿੱਚੋਂ ਲੋਕ ਹੋਣ ਜਿਹੜੇ ਅੱਜ ਵੀ ਤੁਹਾਡੇ ਨਾਲ ਤੁਹਾਡਾ ਉਹਨਾਂ ਨਾਲ ਰਾਬਤਾ ਹੋਵੇ ਤੁਹਾਡੇ ਸੰਪਰਕ 'ਚ ਹੋਣ ਕਿਉਂਕਿ ਜਿਵੇਂ ਆਪਾਂ ਜਦੋਂ ਕਾਲਜ 'ਚ ਆਉਨੇ ਆ ਉਦੋਂ ਆਪਣੇ ਬਹੁਤ ਸਾਰੇ ਦੋਸਤ ਬਣ ਜਾਂਦੇ ਨੇ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਹੈ ਨਾ ਤਾਂ ਤੁਹਾਡੇ ਨਾਲ ਉਹੀ ਇੱਕ ਦੋ ਤਿੰਨ ਜਾਣੇ ਰਹਿ ਜਾਂਦੇ ਆ ਜਿਨ੍ਹਾਂ ਨਾਲ ਫਿਰ ਤੁਸੀਂ ਅੱਗੇ ਨਿਭਦੇ ਹੋ ਤਾਂ ਉਹ ਤੁਹਾਡੀ ਇੱਕ ਤਰ੍ਹਾਂ ਦੇ ਪਰਿਵਾਰ ਰਿਸ਼ਤੇਦਾਰੀਆਂ ਬਣ ਜਾਂਦੀਆਂ ਨੇ ਉਹਨਾਂ ਨਾਲ ਤਾਂ ਹੋ ਸਕਦਾ ਥੋਡੇ ਵੀ ਇਹੋ ਜਿਹੇ ਲੋਕ ਤੁਹਾਡੀ ਜ਼ਿੰਦਗੀ 'ਚ ਹੋਣਗੇ ਫੇ ਹੋ ਸਕਦਾ ਤੁਹਾਨੂੰ ਆ ਗੱਲਾਂ ਸੁਣ ਕੇ ਅੱਜ ਉਹਨਾਂ ਦੀ ਯਾਦ ਆਈ ਹੋਵੇ ਵੀ ਹਾਂ ਆਪਾਂ ਵੀ ਤਾਂ ਐ ਕਰਦੇ ਹੁੰਦੇ ਸੀ ਫਲਾਨੀ ਕੰਟੀਨ ਤੇ ਬਹਿ ਕੇ ਚਾਹ ਪੀਂਦੇ ਹੁੰਦੇ ਸੀ ਹਨਾ ਜਾਂ ਕੋਈ ਸਾਡਾ ਕੋਈ ਟੀਚਰ ਸੀ ਪ੍ਰੋਫੈਸਰ ਸੀ ਉਹ ਆਏ ਹੁੰਦਾ ਸੀ ਉਹਨੇ ਸਾਨੂੰ ਉਹ ਮੌਕੇ ਤੇ ਐ ਝੜਕਿਆ ਸੀ ਆ ਗੱਲਾਂ ਆਪਾਂ ਨੂੰ ਸਾਰੀਆਂ ਯਾਦ ਹੁੰਦੀਆਂ ਨੇ ਹਨਾ ਤਾ ਜਿਵੇਂ ਸਾਨੂੰ ਸਾਡੇ ਯੂਥ ਫੈਸਟੀਵਲ ਦੀਆਂ ਯਾਦ ਨੇ ਸਾਡੀਆਂ ਕਲਾਸਾਂ ਦੀਆਂ ਗੱਲਾਂ ਯਾਦ ਨੇ ਜਿਵੇਂ ਅਸੀਂ ਕਦੇ ਯੂਨੀਵਰਸਿਟੀ ਆਉਣਾ ਆਪਣੇ ਵੇਲੇ ਸਮੇਂ ਚ ਉਹ ਸਾਰੀਆਂ ਗੱਲਾਂ ਸਾਨੂੰ ਯਾਦ ਨੇ ਤਾਂ ਹਰੇਕ ਦੇ ਐਵੇਂ ਦੇ ਪਲ ਹੁੰਦੇ ਨੇ ਜ਼ਿੰਦਗੀ ਚ ਜਿਹੜੇ ਉਹਨਾਂ ਨੂੰ ਪਿਆਰੇ ਹੁੰਦੇ ਨੇ ਉਹੀ ਆ ਵੀ ਜਿਹੜੇ ਜੇ ਬੱਚੇ ਸਾਨੂੰ ਦੇਖ ਰਹੇ ਨੇ ਜਿਹੜੇ ਹੁਣ ਪੜਦੇ ਨੇ ਉਹ ਆਪਦੇ ਇਹ ਸਮੇ ਦਾ ਸੋਹਣੇ ਤਰੀਕੇ ਨਾਲ ਫਾਇਦਾ ਚੱਕੋ ਇਹ ਨਹੀਂ ਵੀ ਆਪਾਂ ਆਪਦਾ ਸਮਾਂ ਖਰਾਬ ਹੀ ਕਰੀ ਜਾਈਏ ਪੜਨਾ ਬਹੁਤ ਜ਼ਰੂਰੀ ਆ ਐਜੂਕੇਸ਼ਨ ਬਹੁਤ ਜ਼ਰੂਰੀ ਆ ਬਾਕੀ ਜਿਹੜਾ ਵੀ ਤੁਹਾਡਾ ਇੰਟਰਸਟ ਆ ਜਿਹੜਾ ਵੀ ਤੁਹਾਨੂੰ ਕੋਈ ਕੰਮ ਕਰਨਾ ਚੰਗਾ ਲੱਗਦਾ ਉਹਦੇ ਤੇ ਤੁਸੀਂ ਆਪਦੀ ਮਿਹਨਤ ਕਰੋ ਤਾਂ ਕਿ ਕੱਲ ਨੂੰ ਤੁਸੀਂ ਆਪਦੇ ਕੈਰੀਅਰ 'ਚ ਵੀ ਮਾਰ ਨਾ ਖਾਓ ਹਨਾ ਕਿਉਂਕਿ ਮਾਪਿਓ ਉਹੀ ਚਾਹੁੰਦੇ ਆ ਵੀ ਤੁਸੀਂ ਕੁਝ ਕਰੋ ਤੁਸੀਂ ਜ਼ਿੰਦਗੀ ਦੇ ਕਿਸੇ ਮੁਕਾਮ ਤੇ ਪਹੁੰਚੋ ਤਾਂ ਉਮੀਦ ਕਰਦੇ ਆਂ ਵੀ ਤੁਹਾਨੂੰ ਅੱਜ ਦਾ ਐਪੀਸੋਡ ਯੂਨੀਵਰਸਿਟੀ ਕਾਲਜਾਂ ਤੇ ਜੋ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਉਹ ਵਧੀਆ ਲੱਗੀਆਂ ਹੋਣਗੀਆਂ ਤੇ ਸਾਨੂੰ ਬਹੁਤ ਚੰਗਾ ਲੱਗਿਆ ਅੱਜ ਇੱਥੇ ਸ਼ੂਟ ਕਰਕੇ ਯੂਨੀਵਰਸਿਟੀ 'ਚ ਹੀ ਬਹਿ ਕੇ ਯੂਨੀਵਰਸਿਟੀ ਦੀਆਂ ਗੱਲਾਂ ਕਰਕੇ ਸੋ ਸਾਨੂੰ ਹੁਣ ਤੁਸੀਂ ਦਿਓ ਇਜਾਜ਼ਤ ਮੈਂ ਤੇ ਹਰਸੀ ਤੁਹਾਨੂੰ ਮਿਲਾਂਗੇ ਵੀ ਸੋਸ਼ਲ ਦੇ ਪ੍ਰੋਗਰਾਮ ਗੱਲ ਤੇ ਗੱਲ ਦੇ ਅਗਲੇ ਐਪੀਸੋਡ 'ਚ ਤੁਸੀਂ ਦੇਖਦੇ ਰਹੋ ਹੋਰ ਨਵੇਂ-ਨਵੇਂ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ